ਕਿਸਨਾਂ ਦੁਆਰਾ ਰੰਬੇ ਹੋਏ ਸੰਘਰਸ਼ ਦਾ ਐਨਐ ਸੋਖਿਆ ਹੀ ਹੱਲ ਨਿਕਲ ਆਵੇਗਾ ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ 19 ਤਰੀਕ ਦੀ ਸਵੇਰ ਨੂੰ ਮੋਦੀ ਵੱਲੋਂ ਮਨਕੀ ਬਾਤ ਕੀਤੀ ਗਈ ਤੇ ਤਿੰਨੇ ਕਾਨੂੰਨ ਵਾਪਸ ਲੈਣ ਦੀ ਗੱਲ ਕਹੀ ਗਈ ਜਿਸ ਦੇ ਬਾਰੇ ਕਿ ਕਿਸੇ ਨੇ ਸੋਚਿਆ ਤੱਕ ਨਹੀਂ ਸੀ ਕਿ ਐਨਐ ਸੋਖਿਆ ਹੀ ਨਰਿੰਦਰ ਮੋਦੀ ਜੋ ਕਿ ਅਜ ਤੱਕ ਸਾਹਮਣੇ ਨਹੀਂ ਸਿਹਾਏ ਜਿਨ੍ਹਾਂ ਵੱਲੋਂ ਕੋਈ ਗੱਲਬਾਤ ਡਾਇਰੈਕਟਲੀ ਨਹੀਂ ਕੀਤੀ ਜਾ ਰਹੀ ਸੀ 12 ਵਾਰ ਦੀ ਵਾਰਤਾ ਫੇਲ ਹੋ ਚੁੱਕੀ ਸੀ ਇੱਕ ਲੰਬਾ ਸੰਘਰਸ਼ ਬਣ ਚੁੱਕਿਆ ਸੀ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਸੰਘਰਸ਼ ਹੋ ਨਿਭੜਿਆ ਸੀ ਸਿਰਫ ਪੰਜਾਬ ਹੀ ਨਹੀਂ ਪੂਰੇ ਦੇਸ਼ 'ਚ ਤੇ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇਸ ਸੰਘਰਸ਼ ਦੀਆਂ ਗੱਲਾਂ ਚੱਲ ਰਹੀਆਂ ਸੀ ਤੇ ਅੱਜ ਉਹ ਤਿੰਨੇ ਫਾਰਮੂਲਸ ਰੀਪੀਲ ਕਰ ਦਿੱਤੇ ਗਏ ਨੇ ਮੋਦੀ ਸਰਕਾਰ ਵੱਲੋਂ ਤੇ ਜੋ ਆਗਾਮੀ ਵਿੰਟਰ ਸੈਸ਼ਨ ਆ ਰਿਹਾ ਸੰਸਦ ਦਾ ਉਹਦੇ ਵਿੱਚ ਇਹਨਾਂ ਦੀ ਬਾਕੀ ਦੀ ਕਾਰਵਾਈ ਵੀ ਪੂਰੀ ਕੀਤੀ ਜਾਵੇਗੀ ਇਸ ਵਕਤ ਅਮਰਨਾਲ ਪੋਲੀਟੀਕਲ ਮਾਚ ਦੇ ਉੱਤੇ ਗੱਲਬਾਤ ਕਰਨ ਵਾਸਤੇ ਮੌਜੂਦ ਹੈਗੇ ਨੇ ਡਾਕਟਰ ਪੈਰਲਾਲ ਗਰਗ ਸਰ ਇੱਕ ਅੰਦੋਲਨ ਜਿਹੜਾ ਕੁਝ ਕੁ ਹਜ਼ਾਰ ਲੋਕਾਂ ਤੋਂ ਸ਼ੁਰੂ ਹੋਇਆ ਫਿਰ ਲੱਖਾਂ ਤੱਕ ਪਹੁੰਚਿਆ ਫਿਰ ਕਰੋੜਾਂ ਲੋਕਾਂ ਦਾ ਅੰਦੋਲਨ ਬਣ ਗਿਆ ਪੂਰੇ ਦੇਸ਼ ਵਾਸੀਆਂ ਦਾ ਤੇ ਅੱਜ ਬੜੀ ਆਰਾਮ ਨਾਲ ਬਿਨਾਂ ਕਿਸੇ ਗੱਲਬਾਤ ਤੋਂ ਬਿਨਾਂ ਕਿਸੇ ਸਾਇੰਤ ਤੋਂ ਨਰਿੰਦਰ ਮੋਦੀ ਵੱਲੋਂ ਵਾਪਸ ਲੈਣ ਦੀ ਗੱਲ ਕੀਤੀ ਜਾਂਦੀ ਹੈ ਦੇਖੋ ਇੱਕ ਤਾਂ ਪਹਿਲਾਂ ਤਾਂ ਹਜ਼ਾਰਾਂ ਲੋਕਾਂ ਦੀ ਤੋਂ ਕਰੋੜਾਂ ਤੱਕ ਵੱਧਣਾ ਇਹ ਗੱਲ ਠੀਕ ਹੈ ਕਹਿੰਦੇ ਮੈਂ ਕਿੰਨਾ ਹੀ ਚੱਲਾ ਗਿਆ ਚਲਦਾ ਗਿਆ ਤਾਂ ਕਾਫਲਾ ਵੱਡਾ ਗਿਆ ਸੋ ਇਹ ਇੱਕ ਯਕੀਨ ਦੇ ਨਾਲ ਇੱਕ ਸੱਚ ਦੀ ਲੜਾਈ ਵਾਸਤੇ ਇਹ ਕਾਫਲਾ ਵੱਡਾ ਹੁੰਦਾ ਗਿਆ ਗੱਲ ਠੀਕ ਕਹੀ ਹੈ ਤੁਸੀਂ ਪੂਰੇ ਦੇਸ਼ ਦਾ ਅੰਦਰੂਨੀ ਮਨ ਬਣ ਗਿਆ ਜਿੱਤੇ ਕਦੇ ਸੋਚਦੇ ਸੀ ਪੰਜਾਬ ਤੇ ਹਰਿਆਣਾ ਇੱਕ ਦੂਜੇ ਨਾਲ ਇੱਟ ਖੜਕਾ ਕਰਦੇ ਸੀ ਉਹ ਭਾਈ ਭਾਈ ਜਿੱਦਣਾ ਖੜੇ ਨੇ ਇੱਕ ਦੂਜੇ ਵਾਸਤੇ ਛਾਤੀ ਧਾਕੇ ਯੂਪੀ ਨਾਲ ਖੜਾ ਤੇ ਟਕੈਤ ਸਾਹਿਬ ਨੇ ਉਹ 크੍ਰਾਈਸਿਸ ਦਾ ਜਿਹੜਾ ਮੂਵਮੈਂਟ ਸੀ ਸੰਕਟ ਦਾ ਉਹਨੂੰ ਕਿਵੇਂ ਹੱਲ ਕਰਿਆ ਇਹ ਸਾਰਾ ਕੁਝ ਆਪਣਾ ਪਤਾ ਪੂਰੇ ਮੁੜਕ ਦੇ ਵਿੱਚੋਂ ਚਾਹੇ ਮਹਾਰਾਸ਼ਟਰ ਆ ਚਾਹੇ ਗੁਜਰਾਤ ਆ ਚਾਹੇ ਮੱਧ ਪ੍ਰਦੇਸ਼ ਆ ਚਾਹੇ ਤਾਮਿਲਨਾਡੂ ਹੋ ਉੱਥੋਂ ਲੋਕ ਕੇਰਲਾ ਚੋਂ ਬੰਗਾਲ ਚੋਂ ਅਸਾਮ ਚੋਂ ਉੜੀਸਾ ਚੋਂ ਆ ਰਹੇ ਨੇ ਯੂਪੀ ਤੋਂ ਬਿਹਾਰ ਚੋਂ ਸੋ ਇਹ ਦੇਸ਼ ਵਿਆਪੀ ਅੰਦੋਲਨ ਸੀ ਇਹ ਜਨ ਜਨ ਦਾ ਅੰਦੋਲਨ ਸੀ ਹੁਣ ਇਹ ਕਹਿੰਦਾ ਕਿਸਾਨੀ ਦਾ ਨਹੀਂ ਰਿਹਾ ਸੀ ਵੱਡਾ ਕਾਰਨ ਇਹਦੇ ਚ ਇਹ ਸੀ ਕਿ ਲੋਕਾਂ ਦੀ ਰੋਟੀ ਤੇ ਨੱਤ ਵੱਜਦੀ ਸੀ ਬਹੁਤੇ ਅਰਥ ਸ਼ਾਸਤਰੀ ਨੇ ਤਾਂ ਨਹੀਂ ਇਹਨੂੰ ਧਿਆਨ ਰੱਖਿਆ ਪਰ ਜਿਹੜੇ ਕਿਸਾਨੀ ਲੀਡਰਸ਼ਿਪ ਸੀ ਉਹਨੂੰ ਸਭ ਤੋਂ ਪਹਿਲੀ ਗੱਲ ਇਸੇ ਤੇ ਵੱਡੀ ਚਿੰਤਾ ਸੀ ਬੇਟਾ ਦੁੱਗਨੇ ਦੁੱਗਨੇ ਭਾਅ ਕਰਕੇ ਤਰੋਂ ਲੋਕਾਂ ਦਾ ਆਟਾ ਖੋਲੇਣਗੇ ਭੰਡਾਰ ਕਰ ਦੇਣਗੇ ਐਡਾ ਵੱਡਾ ਸੋ ਇਹ ਅੰਦੋਲਨ ਬਹੁਤ ਵੱਡਾ ਅੰਦੋਲਨ ਢੁਕੰਦਾ ਸੀ ਇਹ ਸਹੀ ਕਹਦਾ ਜਿਹੜਾ ਹੈਗਾ ਮੈਨੂੰ ਐ ਨਹੀਂ ਕਹਾਂਗਾ ਵੀ ਇਹ ਕੋਈ ਵੱਡੀ ਗੱਲ ਹੈ ਇਹ ਅਚਾਨਕ ਫੈਸਲਾ ਕਹਾਂਗਾ ਮੈਂ ਇਹ ਇਹ ਇੰਨਾ ਸੋਖਾ ਨਹੀਂ ਹੈ ਕਹਿੰਦਾ ਕਿਉਂਕਿ ਸੋਖਾ ਹੈ ਹੀ ਨਹੀਂ ਜੇ ਤਾਂ 800 ਬੰਦਾ ਤੁਸੀਂ ਦੋਗੇ 750 ਤੇ ਇੰਨੀ ਆਗਾਂ ਲੱਗੀਆਂ ਹੌਲ ਹੋਇਆ ਤਿੰਨ ਫਸਲਾਂ ਕਿਸਾਨਾਂ ਨੇ ਬੀਜੀਆਂ ਵੀ ਨਹੀਂ ਤੇ ਵੱਡੀਆਂ ਵੀ ਨਹੀਂ ਜਾਦੇ ਗਏ ਨੇ ਉੱਥੇ ਉਦੋਂ ਕਣਕ ਦੀ ਬਜਾਈ ਹੋ ਰਹੀ ਸੀ ਫੇਰ ਝੋਨਾ ਬੀਜਿਆ ਕਣਕ ਕੱਟੀ ਫੇਰ ਝੋਨਾ ਬੀਜਿਆ ਝੋਨੇ ਦੀ ਕਟਾਈ ਕਰੀ ਕਣਕ ਵਿੱਚ ਸੀ ਹੁਣ ਨਵੰਬਰ ਚ ਕਣਕ ਬੀਜੀ ਜਾਂਦੀ ਹੈ ਠੀਕ ਹੈ ਸੋ ਜੇ ਇੰਨਾ ਕੁਛ ਕਰਿਆ ਅੰਦੋਲਨ ਵੀ ਚਲਾ ਕਾਇਮ ਰੱਖਿਆ ਮਹਾਪੰਚਤ ਹੁਣ ਹੋ ਕਾਠ ਹੋਏ ਦੇਦੇ ਸਰਕਾਰ ਦੀਆਂ ਏਜੰਸੀਆਂ ਨੇ ਤੇ ਭਾਜਪੀ ਨੇ ਬੜਾ ਕੁਛ ਅੰਦਰ ਕਰ ਤੇ ਕਰਨ ਦੀ ਕੋਸ਼ਿਸ਼ ਕੀਤੀ ਤੋੜ ਭੰਨਿਆ ਉਹ ਜੋ ਵੀ ਇਹ ਬੜੇ ਸਾਬਤ ਸੂਰਤ ਨਾਲ ਨਿਕਲੇ ਬੜੇ ਠਰਮੇ ਨਾਲ ਸਿੱਦਕ ਨਾਲ ਸਿਰੜ ਨਾਲ ਕਿਸਾਨੀ ਦੀ ਰਿਸ਼ਤ ਚੱਲਦੀ ਰਹੀ ਤੇ ਜਿਹੜੀ ਆਪਾਂ ਕਹਿੰਦੇ ਉਮੀਦ ਨਹੀਂ ਸੀ ਕੋਈ ਜਿੱਦ ਦਾ ਇੱਕ ਲਾਈਨ ਕਿਸੇ ਨੇ ਕਿਹਾ ਸੀ ਕਿ ਹਰਿਆਣੇ ਚ ਇੱਕ ਮਹਾਪੰਚਾਇਤ ਹੋ ਰਹੀ ਸੀ ਉੱਥੇ ਬੀਬੀ ਨੂੰ ਪੁੱਛਿਆ ਕਿ ਮੋਦੀ ਤੋਂ ਵੱਡਾ ਜਿੱਦੀ ਹੈ ਕਾਨੂੰਨ ਵਾਪਸ ਨਹੀਂ ਲੇਗਾ ਕਹਿੰਨੇ ਕਿ ਹਮ ਕਮ ਜਿੱਦੀ ਹੈ ਉਹ ਜੋ ਕਮ ਜਿੱਦੀ ਵਾਲੀ ਗੱਲ ਸੀ ਦੂਜੀ ਗੱਲ ਇਹ ਗੱਲ ਜਦ ਕਿਸਾਨੀ ਨੇ ਪਹਿਲਾਂ ਕਿਸਾਨੀ ਸਿਰਫ ਅੰਦੋਲਨ ਕਰੀ ਸੀ ਜਦ ਉਹਨਾਂ ਨੇ ਬੰਗਾਲ ਦੀ ਚੋਣ ਵੇਲੇ ਕਹਤਾ ਵੋਟ ਦੀ ਛੋਟ ਜੀ ਤੇ ਵੋਟ ਦੀ ਛੋਟ ਕਰਕੇ ਦਿਖਾਤੀ ਫਿਰ ਉਹਨਾਂ ਨੇ ਐਲਾਨ ਕਰਤਾ ਤੇ ਕਹਿ ਸਾਬ ਨੇ ਕਿਹਾ ਬਾਕੀ ਲੀਡਰਸ਼ਿਪ ਨੇ ਕਿਹਾ ਵੇ ਦੇਖੋ ਇਹ ਕਹਿੰਦੇ ਨੇ ਸਾਡੇ ਕੋਲ 303 ਸੀਟਾਂ ਨੇ ਅਸੀਂ ਤਾਂ ਕਾਨੂੰਨ ਬਣਾ ਲੇ ਸਾਨੂੰ ਹੱਕ ਹੈ ਕਹਿੰਦੇ ਅਸੀਂ ਇਹ 303 ਨਹੀਂ ਰਹਿਣ ਦੇਣੀ ਆ ਔਰ ਉਹਦੇ ਵਿੱਚ ਜੇ ਆਪਾਂ ਦੇਖੀਏ ਇੰਦਰਾ ਗਾਂਧੀ ਜੀ ਨੇ ਅਮਰਜੈਂਸੀ ਲਾਈ ਸੀ ਸੰਵਿਧਾਨ ਦੇ ਵਿੱਚ ਬਹੁਤ ਸਾਰੇ ਤਰਮੀਮਾਂ ਕਰਤੀਆਂ ਸੀ ਲੋਕ ਸਭਾ ਦਾ ਜਿਹੜਾ ਕਾਰਜਕਾਲ 6 ਸਾਲ ਦਾ ਕਰਤਾ ਸੀ 5 ਸਾਲ ਤੋਂ ਵਧਾ ਕੇ ਤੇ ਜਦ ਅਮਰਜੈਂਸੀ ਉਹਨੇ ਖੁੱਲੀ ਖੁੱਲੀ ਉਹਨੇ ਆਪ ਹੀ ਸੀ ਕਿਸੇ ਦਵਾਤ ਥੱਲੇ ਨਹੀਂ ਉਦੋਂ ਕੋਈ ਦਵਾ ਨਹੀਂ ਬਣਿਆ ਸੀ ਉਹਨੇ ਆਪ ਹੀ ਖੋਲਤੀ ਜਦ ਹਟਾਈ ਐਮਰਜੈਂਸੀ ਚੋਣਾ ਹੋਈਆਂ ਇੰਦਰਾ ਗਾਂਧੀ ਬੁਰੀਤ ਨਾ ਹਾਰੀ ਤੇ ਕਾਂਗਰਸ ਦਫਾਲ ਹੋ ਗਈ ਕੇਂਦਰਾ ਕਾਂਗਰਸ ਤੇ ਚਾਵਨ ਕਾਂਗਰਸ ਬਣ ਗਈ ਜਨਤਾ ਸਰਕਾਰ ਆਈ ਭਾਵੇਂ ਦੋ ਪ੍ਰਧਾਨ ਮੰਤਰੀ ਬਦਲੇ ਉਹਨਾਂ ਨੇ ਚੱਲੀ ਤੋਂ ਢਾਈ ਸਾਲੀ ਪਰ ਉਹਦੇ ਵਿੱਚ ਜਿਹੜੀਆਂ ਉਹ ਗਲਤ ਤਰਮੀਮਾਂ ਕਰੀਆਂ ਹੋਈਆਂ ਸੋ ਸਾਰੀਆਂ ਬਦਲਤੀਆਂ ਉਹਨਾਂ ਦੇ ਦੁਆਰਾ ਸੋ ਸੰਵਿਧਾਨ ਨੂੰ ਫਿਰ ਉਹ ਟਾਈਟ ਤੇ ਆਂਦਾ ਸੋ ਇਸ ਤਿੱਕੇ ਨਾਲ ਹੁਣ ਮੋਦੀ ਸਾਹਿਬ ਨੂੰ ਇਹ ਵੀ ਕਲੀਅਰ ਸੀ ਬੀਜੇਪੀ ਨੂੰ ਵੀ ਕਲੀਅਰ ਸੀ ਵੀ ਜਦ ਜੇ ਇਹ 2024 ਦੇ ਉੱਤੇ ਸਾਨੂੰ ਲਾਹੀ ਦਿੰਦੇ ਨੇ ਫਿਰ ਉਹਨਾਂ ਨੇ ਆ ਕੇ ਕਾਨੂੰਨ ਬਦਲ ਤੇ ਫਿਰ ਕੀ ਕਰਾਂਗੇ ਆਪਾਂ ਇਹ ਤਾਂ ਡਿਗਲ ਵਿੱਚ ਹੈ ਮੇਰੇ ਨਾਲ ਇੱਕ ਸਵਾਲ ਹੈ ਮੇਰੇ ਦੇ ਨਾਲ ਹੀ ਜੁੜਿਆ ਹੋਇਆ ਵੀ ਇਹਦੀ ਵਜ੍ਹਾ ਕੀ ਰਹੀ ਕਿਉਂਕਿ ਕਿਸੇ ਨੇ ਸੋਚਿਆ ਤੱਕ ਨਹੀਂ ਸੀ ਇੱਕ ਅਨਐਕਸਪੈਕਟਡ ਡਿਸੀਜਨ ਹੋਇਆ ਇਹਦੀ ਕੋਈ ਬਹੁਤ ਵੱਡੀ ਵਜ੍ਹਾ ਤਾਂ ਹੋਣੀ ਹੈ ਹਾਂ ਦੋ ਵਜ੍ਹਾ ਨੇ ਵੱਡੀਆਂ ਇੱਕ ਤਾਂ ਇਹ ਹੈ ਵੀ ਇਹ ਤਾਂ ਸਭ ਨੂੰ ਹੀ ਪਤਾ ਹੈ ਇੱਕ ਵਜ੍ਹਾ ਤਾਂ ਤਾਂ ਕਹਿੰਦੇ ਵੀ ਨੇ ਲੋਕ ਵੀ ਜਿਹੜਾ ਪਾਰਲੀਮੈਂਟ ਨੂੰ ਰਸਤਾ ਹੈ ਲੋਕ ਸਭਾ ਵੱਲ ਨੂੰ ਉਹ ਯੂਪੀ ਵਿੱਚੋਂ ਦੀ ਹੋ ਕੇ ਜਾਂਦਾ ਠੀਕ 80 ਸੀਟਾਂ ਉੱਥੇ ਨੇ ਕੱਢੀਆਂ ਠੀਕ ਹੈ 17% ਸੀਟਾਂ ਜਿੱਥੇ ਹੋਣ ਯੂਪੀ ਦੀ ਚੋਣਾਂ ਅਰ ਯੂਪੀ ਚ ਆ ਜਿਹੜੀ ਹੁਣ ਮੋਦੀ ਸਾਹਿਬ ਨੇ ਰੈਡੀ ਕਰੀ ਸੀ ਉੱਥੇ ਮਰੇਗਾ ਵਰਕਰਾਂ ਨੂੰ ਜਾ ਕੇ ਬਿਠਾਇਆ ਇਹਨਾਂ ਨੇ ਉਹ ਤਾਂ ਵੀ ਨਹੀਂ ਕੁਰਸੀਆਂ ਭਰੀਆਂ ਕਿਸਾਨ ਆਇਆ ਹੀ ਨਹੀਂ ਇਹਨਾਂ ਦਾ ਬੀਜਪੀ ਵਾਲਾ ਉਹਨੂੰ ਹਟ ਗਿਆ ਬੀਜਪੀ ਦੇ ਅੰਦਰ ਦੁਫੇੜ ਪੈ ਗਿਆ ਬੁਰੀ ਤਰ੍ਹਾਂ ਇੱਥੇ ਆਪਾਂ ਨੂੰ ਪਤਾ ਪੰਜਾਬ ਚ ਚੱਕ ਕੇ ਇਹਨਾਂ ਦੇ ਲੀਡਰ ਕੋਈ ਕਿਸੇ ਪਾਸੇ ਜਾ ਰਿਹਾ ਹੈ ਕੋਈ ਕਿਸੇ ਪਾਸੇ ਜਾ ਰਿਹਾ ਹੈ ਹੈ ਦੋ ਚਾਰ ਜਿਹੜੇ ਬਸ ਸਮਝ ਨਹੀਂ ਵੀ ਅਸੀਂ ਸੀਐਮ ਦੀ ਕੁਰਸੀ ਦਾ ਨਹੀਂ ਉਹੀ ਜ਼ਿਆਦਾ ਕੱਢੇ ਨੇ ਇਦਾਂ ਹੀ ਜੇ ਆਪਾਂ ਦੇਖੀਏ ਹਰਿਆਣੇ ਚ ਵੀ ਝਗੜਾ ਪਿਆ ਪਿਆ ਬੀਜਪੀ ਦਾ ਅੰਦਰੋਂ ਤਾਂ ਇਸੇ ਤਰ੍ਹਾਂ ਹੀ ਯੂਪੀ ਚ ਵੀ ਪਿਆ ਪਿਆ ਇਸੇ ਤਰ੍ਹਾਂ ਬਾਕੀ ਮੁਲਕ ਦੇ ਵਿੱਚ ਪਿਆ ਪਿਆ ਨੈਸ਼ਨਲ ਲੈਵਲ ਦੇ ਉੱਤੇ ਵੀ ਸਭ ਨੂੰ ਪਤਾ ਵੀ ਬੀਜਪੀ ਦੇ ਦੋ ਗਰੁੱਪ ਸੀਗੇ ਇੱਕ ਗੜਕਰੀ ਸਾਹਿਬ ਤੇ ਰਾਜਨਾਥ ਸਾਹਿਬ ਦਾ ਤੇ ਇੱਕ ਇਹਨਾਂ ਦਾ ਉਹਦੇ ਵਿੱਚ ਹੁਣ ਕਿਤੇ ਨਾ ਕਿਤੇ ਇਹ ਵੀ ਲੱਗਣ ਲੱਗਿਆ ਸੀ ਵੀ ਜਨਤਾ ਇੰਨੀ ਬੇਚੈਨ ਹੋ ਗਈ ਹੈ ਮੋਦੀ ਸਾਹਿਬ ਜਦ ਬਾਹਰ ਗਏ ਯੂਐਸਏ ਗਏ ਤਾਂ ਵੀ ਉੱਥੇ ਕੋਈ ਹੋਣੀ ਹੋਇਆ ਆ ਹੁਣ ਜਿਹੜੇ ਸੀਓਪੀ ਦੇ ਵਿੱਚ ਕਾਨਫਰੰਸ ਆਫ ਪਾਰਟੀਆਂ ਦੇ ਵਿੱਚ ਪਰੇ ਆਉਣ ਵਾਸਤੇ ਗਏ ਉੱਥੇ ਵੀ ਇਹਨਾਂ ਦਾ ਜੋ ਬਾਬ ਹੋਈ ਹੈ ਆਪਣਾ ਪਤਾ ਹੀ ਹੈ ਸੋ ਉਹਦੇ ਚ ਕਿਤੇ ਨਾ ਕਿਤੇ ਮੰਗ ਅੰਦਰੋਂ ਜਾਹੇ ਹੋ ਬੜੀ ਦਬੀ ਦਬੀ ਸੀ ਇਹ ਵੀ ਉੱਠਣ ਲੱਗੀ ਸੀ ਕਿ ਵੀ ਇਹ ਹੁਣ ਲੀਡਰਸ਼ਿਪ ਸਾਨੂੰ ਵੋਟਾਂ ਨਹੀਂ ਦਿਵਾ ਸਕਦੀ ਇਹ ਜਿਤਾ ਨਹੀਂ ਸਕਦੀ ਇਹਦਾ ਕਾਫੀ ਹੋ ਹੋ ਗਿਆ ਕਿ ਮੋਦੀ ਸਾਹਿਬ ਨੂੰ ਇਹ ਵੀ ਅੰਦਰੂਨੀ ਖਤਰਾ ਵੀ ਕਾਫੀ ਵੱਧ ਗਿਆ ਸੀ ਤੇ ਇਹ ਗੱਲਾਂ ਕਈ ਜਗ੍ਹਾ ਮੀਡੀਆ 'ਚ ਕਈ ਵਾਰ ਨੋਟਿਸ ਨਹੀਂ ਹੁੰਦੀਆਂ ਮੀਡੀਆ 'ਚ ਵੀ ਆਈਆਂ ਤੇ ਕਿਤੇ ਮੈਂ ਇਹ ਵੀ ਸੁਣਿਆ ਉਹ ਕਹਿੰਦੇ ਦੇਖੋ ਜੀ ਇਹ ਪਿਊਸ਼ ਗੋਇਨ ਨੂੰ ਤੇ ਨਰਿੰਦਰ ਤੋਮਰ ਨੂੰ ਕੀ ਆ ਪਤਾ ਖੇਤੀ ਕੀ ਹੁੰਦੀ ਹੈ ਸੋ ਇਹ ਜਿਹੜਾ ਕਹਿਣਾ ਹੈ ਜਿਹੜੋਂ ਪੁੱਛਿਆ ਗਿਆ ਉਹਨਾਂ ਨੂੰ ਵੀ ਫਿਰ ਹੋਰ ਕੌਣ ਕਹਿੰਦੇ ਕੋਈ ਤਾਂ ਗੜਕੜੀ ਸਾਹਿਬ ਨੂੰ ਪਤਾ ਹੈ ਰਾਜਨਾਥ ਸਿੰਘ ਨੂੰ ਪਤਾ ਹੈ ਸੋ ਗਰੁੱਪੇ ਸਾਮਣੇ ਆਉਂਦੀ ਸੀ ਕਿਤੇ ਕਿਤੇ ਪਰ ਇੰਨੇ ਬਾਬਰ ਕੇ ਨਹੀਂ ਹੁੰਦੇ ਕੋਈ ਵੀ ਜੀਪੀ ਚ ਇੰਨਾ ਕੁ ਹੈਗਾ ਅੰਦਰੋਂ ਅਜੇ ਕਿਉਂਕਿ ਸਿਆਸਦਾਨ ਨੂੰ ਪਤਾ ਵੀ ਮਤਵੇ ਦੇ ਅੰਦਰੂਨੀ ਚੱਲ ਰਹੇ ਸੀ ਚੱਲ ਰਹੇ ਸੀ ਉਹ ਤਾਂ ਕੋਈ ਦੋ ਰਾਇ ਹੀ ਨਹੀਂ ਆ ਉਹ ਕੋਈ ਇੱਕ ਵਾਰੀ ਦੀ ਨਹੀਂ ਉਹ ਪਿਛਲੀ 14 ਦੀ ਸਰਕਾਰ 'ਚ ਵੀ ਚੱਲ ਰਹੇ ਸੀ ਸਵਾਲ ਏ ਸੀ ਵੀ ਉਹ ਦੋ ਗਰੁੱਪ ਹੈਗੇ ਨੇ ਉਹ 'ਚ ਕੋਈ ਸ਼ੱਕ ਹੀ ਨਹੀਂ ਮੋਦੀ ਸਾਹਿਬ ਨੇ ਅਡਵਾਨੀ ਸਾਹਿਬ ਨੂੰ ਮੁਰਲੀ ਮਨੋ ਜੋਸ਼ੀ ਜੀ ਨੂੰ ਇਹਨਾਂ ਨੂੰ ਖੋੜੇ ਨਹੀਂ ਲਾਇਆ ਕਿ ਨਾਲ ਲਾਇਆ ਹੈ ਉਹਨਾਂ ਭਰਤੀ ਜੀ ਨੂੰ ਈਵਨ ਆਪਣੀ ਸਿੰਧੀਆਂ ਮੈਡਮ ਸਿੰਧੀਆਂ ਨੂੰ ਇਹਨੂੰ ਸੁਸ਼ਮਾ ਸਵਰਾਜ ਨੂੰ ਹੈ ਸਿੰਧੀਆਂ ਨੂੰ ਸੀਐਮ ਰਹੀ ਹੋ ਠੀਕ ਹੈ ਅੱਛਾ ਫਿਰ ਉਸ ਨੂੰ ਆਪਣਾ ਰਮਨ ਸਿੰਘ ਨੂੰ ਤਿੰਨ ਵਾਰੀ ਉਹ ਵੀ ਜਿੱਤਿਆ ਸੀ ਸਿੱਤ ਜਿਹੜ੍ਹ ਚ ਹੈ ਸੋ ਇਸ ਕਰਕੇ ਉੱਥੇ ਗਰੁੱਪ ਬੰਦੀ ਤਾਂ ਹੈਗੀ ਹੀ ਹੈਗੀ ਆ ਉਹ ਤਾਂ ਕੋਈ ਦੂਰਾ ਹੀ ਨਹੀਂ ਹੈ ਬੀਜੇਪੀ ਦੇ ਅੰਦਰ ਗੁੱਟਬੰਦੀ ਹੈਗੀ ਹੈ ਤੇ ਮੈਨੂੰ ਐਂ ਲੱਗਦਾ ਵੀ ਮਤਭੇਦ ਹੋਣਾ ਜ਼ਰੂਰੀ ਹੈ ਗੁੱਟਬੰਦੀ ਤਾਂ ਹੋਵੇ ਨਾ ਹੋਵੇ ਮਤਭੇਦ ਵਿਦਿਨ ਪਾਰਟੀ ਹੋਣਾ ਜ਼ਰੂਰੀ ਆ ਪਰ ਇੱਕ ਲੈਵਲ ਆ ਗਿਆ ਸੀ ਜਿਵੇਂ ਕਾਂਗਰਸ ਇੱਕ ਲੈਵਲ ਆ ਗਿਆ ਸੀ ਵੀ ਜਿਹੜਾ ਵਿਰੋਧੀਵਾਦ ਸੀ ਉਹਨੂੰ ਦਬਾ ਦਿੱਤਾ ਜਾਂਦਾ ਸੀ ਤੇ ਇਸੇ ਤਰ੍ਹਾਂ ਹੀ ਇੱਥੇ ਵੀ ਇਹ ਹੋਣ ਲੱਗ ਗਿਆ ਸੀ ਵੀ ਵਿਰੋਧੀ ਜਿਹੜਾ ਮਤਭੇਦ ਰੱਖਦਾ ਹੈ ਆਲੋਚਨਾ ਕਰਦਾ ਹੈ ਕਿਸੇ ਗੱਲ ਦੀ ਉਹਨੂੰ ਇੱਕ ਵਕਤ ਥੱਲੇ ਲਾ ਦੋ ਉਹ ਬਣਾ ਕੇ ਚਾਹੇ ਉਹ ਵਿਰੋਧੀ ਪਾਰਟੀ ਦਾ ਹੈ ਚਾਹੇ ਉਹ ਆਪਦੀ ਪਾਰਟੀ ਦਾ ਹੈ ਚਾਹੇ ਕੋਈ ਜਥੇਬੰਦੀ ਦਾ ਉਹਨੂੰ ਆਪਣੇ ਆਈਟੀ ਸੰਦੇ ਰਾਹੀਂ ਹੋ ਜਾ ਉਹਦੀ ਬਾਬ ਕਰੋ ਅਹੀ ਜੀ ਗੰਦੀ ਭਾਸ਼ਾ ਵਰਤੋ ਗੰਦੇ ਸ਼ਬਦ ਉਹਨਾਂ ਥੱਲੇ ਲਾ। ਸੋ ਇਹ ਜਿਹੜਾ ਪਰ ਅੰਦਰੂਨੀ ਜਿਹੜਾ ਝਗੜਾ ਸੀ ਇਹ ਸਾਰਾ ਕੁਝ ਇੰਨੇ ਦਾ ਪੇਚ ਬਦਲ ਕੇ ਵਰਤ ਕੇ ਇੰਨੇ ਜਿਹੜੇ ਮੈਂ ਕਹਾਂਗਾ ਨਿਤਕ ਤੌਰ ਤੇ ਜਿਹੜੇ ਨਹੀਂ ਕਰਨੇ ਚਾਹੀਦੇ ਸਿਆਸਤ ਉਹ ਕੰਮ ਕਰਕੇ ਵੀ ਜਦ ਲੱਗਿਆ ਵੀ ਹੁਣ ਇਹ ਬਾਜੀ ਹੱਥੋਂ ਜਾਂਦੀ ਹੈ ਉਹ ਕਹਿੰਦੇ ਸਾਰਾ ਜਾਂਦਾ ਦੇਖੀਏ ਅੱਧਾ ਦਈਏ ਵੰਡ ਇਹ ਹੁਣ ਮੋਦੀ ਸਾਹਿਬ ਨੇ ਇਹ ਕਾਨੂੰਨ ਅਨਾਉਂਸ ਕਰੀ ਨੇ ਕਿਸਾਨ ਅੰਦੋਲਨ ਦੀ ਵੱਡੀ ਜਿੱਤ ਹੈ। ਕਿਸਾਨਾਂ ਨੇ ਕਹਿਤਾ ਸੀ। ਟਿਕਾੜ ਸਾਹਿਬ ਨੇ ਕਹਿਤਾ ਸੀ ਕੋਈ ਕਰਨੀ 2024 ਵੀ ਦੇਖ ਲੇਗੇ ਇਹ ਕਾਨੂੰਨ ਬਣਾਉਣੇ ਦੀ ਬਾਤ ਕਰਦੇ ਹਾਂ ਕਾਨੂੰਨ ਬਣਾਉਣੇ ਵਾਲੇ ਬਦਲ ਦੇਗੇ ਇਹ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਨੇ ਅਸਰ ਕਰਿਆ ਤੇ ਇਹ ਮੈਂ ਕਹਾਂਗਾ ਫਿਰ ਵੀ ਉਹਨਾਂ ਨੇ ਚੰਗੀ ਗੱਲ ਮੋਦੀ ਸਾਹਿਬ ਨੇ ਕਰੀ ਹੈ ਇੱਕ ਤਾਂ ਉਹਨਾਂ ਨੇ ਕਿਹਾ ਵੀ ਚਲੋ ਜੋ ਵੀ ਗਲਤੀ ਹੋਈ ਮੈਂ ਉਹਦੀ ਮਾਫੀ ਮੰਗਦਾ ਇਹ ਇਹ ਵੀ ਵੱਡੇ ਹਿੱਦੇ ਦੀ ਲੋੜ ਹੁੰਦੀ ਹੈ ਹਾਲਾਂਕਿ ਮੋਦੀ ਸਾਹਿਬ ਤੋਂ ਕੋਈ ਕੋਈ ਨਹੀਂ ਕਹਿੰਦਾ ਸੀ ਮੋਦੀ ਸਾਹਿਬ ਕਦੇ ਇਹ ਕਹਿਣਗੇ ਇੱਕ ਹੈ ਨਾਲ ਉਹਨਾਂ ਨੇ ਆਪ ਦਾ ਮੈਂ ਕਹਾਂਗਾ ਵੀ ਕਦ ਨੂੰ ਉੱਚਾ ਹੀ ਕਰਿਆ ਕੋਈ ਨੀਵਾ ਨਹੀਂ ਹੋਇਆ ਉਹਨਾਂ ਦਾ ਕਦੇ ਇਹ ਨਾਲ ਚਾਹੇ ਜਦੂਈ ਕਿਹਾ ਕਿ ਦੂਜਾ ਉਹਨਾਂ ਨੇ ਜਿਹੜਾ ਕਰਿਆ ਕਿ ਵੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਕਾਨੂੰਨ ਉਹਨਾਂ ਨੇ ਕਿਹਾ ਮੈਂ ਉੱਥੇ ਮਤਾ ਲਿਆ ਕੇ ਕਾਨੂੰਨ ਪਾਸ ਕਰਾਂਗਾ ਕਿਉਂਕਿ ਵਿਧੀਵਤ ਤਿਕਾ ਤੇ ਹੀ ਹੈ ਤੇ ਵਿਧੀਵਤ ਤਰੀਕਾ ਹੀ ਹੈ ਸੰਸਦ ਦਾ ਸੈਸ਼ਨ ਆਈ ਰਿਹਾ ਹੈ 29 ਤਰੀਕ ਤੋਂ ਤੇ ਉਹਦੇ ਵਿੱਚ ਜਦ ਇਹ ਪਾਸ ਹੋ ਜਾਂਦਾ ਹੈ ਪਾਸ ਹੋਣ ਤੋਂ ਬਾਅਦ ਇੱਕ ਵਾਰ ਸਨਾਲੀ ਪਾਸ ਹੋ ਜਾਣਾ ਕਿਉਂਕਿ ਸਾਰੀ ਇਹਦੇ ਹੱਕ 'ਚ ਹੋਣਗੇ ਹੁੰਦਾ ਤੇ ਦੂਜੇ ਪਾਸੇ ਜਿਹੜਾ ਰਾਸ਼ਟਰਪਤੀ ਸਾਹਿਬ ਦਾ ਜਿਹੜਾ ਉਹਨੂੰ ਮਿਲਣੀ ਹੈ ਮਨਜ਼ੂਰੀ ਉਸ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਹੋਏਗੀ ਗਰਸ ਨੋਟੀਫਿਕੇਸ਼ਨ ਉਦੋਂ ਬਾਅਦ ਹੀ ਇਹ ਮੰਨਿਆ ਜਾਊਗਾ ਕਿਉਂਕਿ ਜਿੰਨਾ ਚਿਰ ਹੱਥ 'ਚ ਕੁਝ ਨਹੀਂ ਆਇਆ ਹੈ ਫਲ ਵੱਡੇ ਵੱਡੇ ਐ ਟਾਸਕ ਦੇ ਡਟਕਦੇ ਹੁੰਦੇ ਨੇ ਕਿ ਉਹਦੇ ਉੱਤੇ ਪੇੜ ਦੇ ਉੱਤੇ ਤੇ ਕਈ ਵਾਰ ਉਹ ਥੋੜੇ ਹੱਥ 'ਚ ਨਹੀਂ ਆਉਂਦੇ ਕੋਈ ਪੂਰੀ ਲੈ ਜਾਂਦਾ ਸੋ ਇਸ ਕਰਕੇ ਜਿੰਨਾ ਚਿਰ ਹੱਥ 'ਚ ਨਹੀਂ ਆਉਂਦਾ ਉਹਨਾਂ ਚਿਰ ਥੋੜਾ ਧਿਆਨ ਰੱਖਣ ਦੀ ਲੋੜ ਐ ਪਹਿਰਾ ਦੇਣ ਦੀ ਲੋੜ ਐ ਤੇ ਕਿਸਾਨੀ ਡਿਡਰਸ਼ਿਪ ਨੂੰ ਪਰ ਮੇਰੇ ਖਿਆਲ 'ਚ ਕਿਨੂੰ ਰੈਸਿਪਰੋਕੇਟ ਕਰਨ ਦੇ ਰੂਪ ਦੇ ਵਿੱਚ ਸਿਆਣੇ ਨੇ ਆਪੇ ਕਰਨਗੇ ਬਈ ਜਿਹੜਾ ਪਾਰਲੀਮੈਂਟ ਨੂੰ ਮਾਰਚ ਰੱਖਿਆ ਹੋਇਆ ਸੀ ਸ਼ਾਇਦ ਉਹ ਮਾਰਚ ਹੋਣਾ ਨਹੀਂ ਕਰਨਗੇ ਮੁਲਤਵੀ ਕਰਨਗੇ ਇਹ ਮੈਨੂੰ ਲੱਗਦਾ ਸਰ ਸਿਰਫ ਪਹਿਲਾਂ ਇਸ ਸਰਕਾਰ ਨੂੰ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਮੰਨਿਆ ਗਿਆ ਉਸ ਤੋਂ ਬਾਅਦ ਕੋਵਿਡ ਦੇ ਵਿੱਚ ਵੀ ਬਹੁਤ ਸਾਰੀਆਂ ਇਹਨਾਂ ਦੀਆਂ ਇਰੈਗੂਲਰਿਟੀ ਸਾਹਮਣੇ ਆਈਆਂ ਫਿਰ ਪੈਟਰੋਲ ਦੇ ਰੇਟ ਇੱਕਦਮ ਵੱਧਣੇ ਸ਼ੁਰੂ ਹੋ ਗਏ ਇਹਨਾਂ ਦੀ ਬੈਸਟ ਬੰਗਾਲ ਦੇ ਵਿੱਚ ਹਾਰ ਹੁੰਦੀ ਹੈ ਤੇ ਉਹ ਵੀ ਕਿਸਾਨ ਕਹਿ ਕੇ ਕਰਵਾਉਂਦੇ ਨੇ ਫਿਰ ਹੁਣ ਜਿਹੜੀ ਬਾਈ ਇਲੈਕਸ਼ਨਜ਼ ਹੋਈਆਂ ਹਾਂ ਜੀ ਉਹਦੇ ਵਿੱਚ ਵੀ ਖਾਸ ਕਰਕੇ ਜਿਹੜੀ ਇਹਨਾਂ ਦੀ ਡੋਮੀਨੇਟਡ ਸਟੇਟਸ ਸੀਗੀਆਂ ਹਰਿਆਣਾ ਹੋ ਗਿਆ ਹਿਮਾਚਲ ਹੋ ਗਿਆ ਉੱਥੇ ਇਹਨਾਂ ਦੀ ਹਾਰ ਹੁੰਦੀ ਹੈ ਤੇ ਇਸ ਗੱਲ ਤੋਂ ਵੀ ਲੱਗ ਰਿਹਾ ਜੀ ਵੀ ਕੁਝ ਇਹਨਾਂ ਨੂੰ ਸਬਕ ਮਿਲਿਆ ਹੋਣਾ ਕਿ ਆਪਾਂ ਕੁਝ ਲੋਕਾਂ ਦੀ ਗੱਲ ਸੁਣਨੀ ਸ਼ੁਰੂ ਕਰੀਏ ਦੇਖੋ ਆਪਾਂ ਗੱਲ ਸਮਝੀਏ ਵੀ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਹੁੰਦੀਆਂ ਨੇ ਹੁਕਮਰਾਨ ਉਹ ਪੱਕੇ ਤਾਂ ਹੁੰਦੇ ਹੀ ਨਹੀਂ ਉਹ ਤਾਂ ਲੋਕਾਂ ਨੇ ਚੁਣੇ ਨੇ ਨਾ ਤੇ ਉਹਨਾਂ ਦੀ ਤਤ ਤ ਉਹਨਾਂ ਚੀ ਜਿੰਨੇ ਚਿਰ ਤੱਕ ਦੇ ਨੇ ਬਿਊਰੋਕਰੇਟ ਜਿੰਨਾ ਚਿਰ ਨੌਕਰੀ ਚ ਉਹਦੀ ਸਾਰੀ ਤਾਕਤ ਰਹਿੰਦੀ ਹੈ ਸਰਕਾਰ ਇਹ ਆਵੇ ਵੀ ਆਵੇ ਉਹਨੂੰ ਇੱਕ ਪੋਸਟ ਤੇ ਨਾ ਉਹ ਦੂਜੀ ਤੇ ਲਾਉਣਾ ਉਹਦੀ ਤਾਕਤ ਨਹੀਂ ਖਤਮ ਹੁੰਦੀ ਘਟ ਦੀ ਵੱਧਦੀ ਹੈ ਇਹਨੇ ਤਾਂ ਖਤਮ ਹੋ ਜਾਂਦੀ ਹੈ ਇਹਨੇ ਤਾਕਤ ਰਹਿੰਦੀ ਨਹੀਂ ਹੁਣ ਜਿਹੜੀ ਤਾਕਤ ਨਾਲ ਉਹ ਆਏ 14 ਚ ਫਿਰ 19 ਚ ਆਏ ਵੀ ਆਪਾਂ ਇਹ ਕਰਾਂਗੇ ਉਹ ਕਰ ਲਾਂਗੇ ਆਪਾਂ ਫਲਾਣਾ ਕਰ ਲਾਂਗੇ ਉਹ ਜੇ ਤਾਕਤ ਹੀ ਨਹੀਂ ਰਹਿਣੀ ਫਿਰ ਕਰ ਲਾਂਗੇ ਕਿਵੇਂ ਸੋ ਇਹਨਾਂ ਨੇ ਤੁਸੀਂ ਠੀਕ ਕਿਹਾ ਇਹਨਾਂ ਨੇ ਬੰਗਾਲ ਦੀ ਚੋਣ ਚੋਂ ਇਹਨਾਂ ਨੇ ਆ ਜਿਹੜੀਆਂ ਹੁਣ ਚੋਣਾ ਹੋਈਆਂ ਮੱਧ ਪ੍ਰਦੇਸ਼ ਵੀ ਇੱਕ ਸੀਟ ਹਾਰੇ ਨੇ ਇਹ। ਹਾਂਜੀ। ਇਹ ਆਪਦੇ ਰਾਜ ਜਿੱਥੇ ਕਰਨਾਟਕ 'ਚ ਵੀ ਹਾਰੇ ਨੇ ਇੱਕ ਸੀਟ। ਅੱਛਾ ਜੀ। ਹਾਂ। ਸੋ ਇਸ ਕਰਕੇ ਇਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਤਾਂ ਕੰਮ ਖਰਾਬ ਹੈ। ਮਹਾਰਾਸ਼ਟਰ 'ਚ ਇਹ ਆਪਦੇ ਪੂਰੀ ਟੱਕਰ ਦੇ ਰਹੇ ਸੀ ਤਾਂ ਵੀ ਉਹ ਲੋਕ ਸਭਾ ਦੀ ਸੀਟ ਉੱਥੇ ਹਾਰੇ ਨੇ। ਸੋ ਇਸ ਕਰਕੇ ਇਹ ਗੱਲ ਠੀਕ ਹੀ ਆ ਤੁਸੀਂ ਕਿ ਇਹ ਤਾਂ ਆਪਾਂ ਦਵਾ ਤਾਂ ਪੈਂਦਾ ਹੀ ਆ ਕਿਉਂਕਿ ਆਈ ਤਾਂ ਸਰਕਾਰ ਚੋਣਾਂ ਨਾਲ ਹੀ ਆ ਨਾ ਤੇ ਹੁਣ ਯੂਪੀ ਦੀਆਂ ਚੋਣਾਂ ਸੀ। ਯੂਪੀ ਦੀਆਂ ਚੋਣਾਂ 'ਚ ਉਹ 80 ਸੀਟਾਂ ਜਾਣੀਆਂ ਨੇ। ਪਾ ਮੈਂ ਇਹ ਵਿਧਾਨ ਸਭਾ ਦੀ ਚੋਣ ਹੈ ਅਗਲੀ ਚੋਣ ਵੀ ਤਾਂ ਉਸੇ ਆਧਾਰ 'ਤੇ ਹੋਣੀ ਹੈ ਸੋ ਜਿੱਥੇ 80 ਸੀਟਾਂ ਨੇ ਜੋ ਉੱਥੇ ਸਰਕਾਰ ਹਾਰ ਗਈ ਇਹ ਇਹਨਾਂ ਨੇ ਮੋਦੀ ਜਿਹੜਾ ਯੋਗੀ ਸੀਗਾ ਯੋਗੀ ਇਹਨਾਂ ਦੀ ਮੰਨਦਾ ਨਹੀਂ ਸੀ ਯੋਗੀ ਨੂੰ ਆਦਰ ਸਸ ਦਾ ਥਾਪੜਾ ਵੱਡਾ ਸੀਗਾ ਇਹਨਾਂ ਨੇ ਯੋਗੀ ਨੂੰ ਆਈਸੋਲੇਟ ਕਰਨ ਦੀ ਵੀ ਕੋਸ਼ਿਸ਼ ਕੀਤੀ ਹੋਈ ਸੀ ਜੋ ਕਹਿੰਦੇ ਸੀ ਲੋਕ ਪਰ ਹੁਣ ਪਿੱਛੇ ਯੋਗੀ ਸਾਹਿਬ ਨੂੰ ਵਿੱਚ ਬਿਲਾ ਕੇ ਬਿਠਾਇਆ ਅਮਿਤ ਸ਼ਾਹ ਜੀ ਔਰ ਮੋਦੀ ਸਾਹਿਬ ਦੋਨੇ ਬਰਾਬਰ ਤੇ ਬੈਠੇ ਨੇ ਉਹਨਾਂ ਦੇ ਠੀਕ ਹੈ ਤੋ ਉਹ ਤੋਂ ਇਹ ਦੱਸਣ ਦੀ ਕੋਸ਼ਿਸ਼ ਕਰੀ ਵੀ ਨਹੀਂ ਨਹੀਂ ਸਾਡਾ ਯੋਗੀ ਨਾਲ ਕੋਈ મતਭੇਦ ਨਹੀਂ ਹੈ ਇਹ ਹੱਲ ਨਹੀਂ ਹੋਇਆ ਮਸਲਾ ਇਹਦੇ ਨਾਲ ਜਿਹੜੀਆਂ ਚੋਣਾਂ ਬਾਈ ਇਲੈਕਸ਼ਨਾਂ ਸੀ ਪਹਿਲਾਂ ਕਹਿਣ ਲੱਗੇ ਫਿਰ ਕਹਿੰਦੇ ਨਹੀਂ ਨਹੀਂ ਇਹ ਕੋਈ ਇੰਡੀਕੇਟਰ ਨਹੀਂ ਹੈ ਅੰਦਰੋਂ ਤਾਂ ਪਤਾ ਹੀ ਹੈ ਨਾ ਉੱਤੋਂ ਕਹੀ ਜੋ ਵੀ ਨਹੀਂ ਨਹੀਂ ਇਹਦਾ ਕੀ ਫਰਕ ਪੈਂਦਾ ਪਰ ਅਸਲ 'ਚ ਪਤਾ ਹੀ ਹੈ ਨਾ ਵੀ ਹੋਇਆ ਕੀ ਹੈ ਸੋ ਉਹਨੇ ਵੀ ਇੰਡੀਕੇਸ਼ਨ ਦੇਤੀ ਫਿਰ ਜਿਹੜੀ ਭਾਜਪਾ ਪਾਰਟੀ ਹੈ ਭਾਜਪਾ ਦੇ ਬੰਦੇ ਬਾਰ-ਬਾਰ ਇੱਕ ਵੱਡਾ ਗਰੁੱਪ ਇਹ ਕਹਿ ਰਿਹਾ ਸੀ ਵੀ ਇਹ ਗੜਗੜ ਹੋ ਰਹੀ ਹੈ ਹਰ ਇੱਕ ਸਸ ਨੂੰ ਵੀ ਖਤਰਾ ਪੈਗਾ ਵੀ ਜੇ ਸਾਡੀ ਤਾਕਤ ਹੀ ਨਾ ਰਹੀ ਜਿਹੜਾ ਕੁਝ ਅਸੀਂ ਇੱਥੇ ਹਿੰਦੂਵਾਦ ਕਰਨਾ ਚਾਹੁੰਦੇ ਉਹ ਤਾਂ ਹੋਏਗਾ ਹੀ ਨਹੀਂ ਸੋ ਇਸ ਕਰਕੇ ਵੀ ਆਪਾਂ ਕਿਸਾਨਾਂ ਨਾਲ ਕਰੀਏ ਸਮਝਾਤਾ ਕਿਸਾਨਾਂ ਅੰਦੋਲਨ ਨੇ ਮੈਂ ਇਹ ਹੀ ਕਹਾਂਗਾ ਆਪਾਂ ਹੁਣ ਭਾਜਪੀ ਨੂੰ ਨਾ ਡਿਸਕਸ ਕਰੀਏ ਜੇ ਕਿਸਾਨ ਅੰਦੋਲਨ ਨੇ ਕੀ ਕਰਿਆ ਦੇਸ਼ ਵਾਸਤੇ ਕਿਸਾਨਾਂ ਵਾਸਤੇ ਨਹੀਂ ਕਰਦੇ ਦੇਸ਼ ਵਾਸਤੇ ਕਿਸਾਨ ਅੰਦੋਲਨ ਨੇ ਜਿਹੜੀ ਪਿਛਲੇ 30 ਸਾਲ ਚ ਬਣ ਕੇ 30 ਤੋਂ ਵੀ ਜ਼ਿਆਦਾ ਸਾਲਾਂ ਚ ਚਾਹੇ ਯੂਪੀਆਈ ਚਾਹੇ ਐਨਡੀਆਈ ਚਾਹੇ ਵਿੱਚ ਦੀ ਉਹ ਮਿਰਗੋਬ ਸਰਕਾਰਾਂ ਆਈਆਂ ਦੋ ਤਿੰਨ ਪ੍ਰਾਈਮ ਮਿਨਿਸਟਰ ਬਦਲੇ ਉਹਨਾਂ ਨੇ ਉਹਨਾਂ ਨੇ ਇਹ ਦਿਖਾਤਾ ਸੀ ਵੀ ਹੁਣ ਸਿਆਸਤ ਜਿਹੜੀ ਹੈ ਉਹ ਬਾਹੂਬਲ ਦੀ ਧਨ ਦੀ ਪਰਿਵਾਰਵਾਦੀ ਦੀ ਵਪਾਰੀਆਂ ਦੀ ਸਿਆਸਤ ਰਹੀ ਹੈ ਗੁੱਟਬੰਦੀ ਦੀ ਸਿਆਸਤ ਰਹੀ ਹੈ ਇੱਕ ਦੂਜੇ ਨੂੰ ਦੋਸ਼ ਦੇਣ ਦੀ ਸਿਆਸਤ ਰਹੀ ਹੈ ਸਮੂਹਿਕ ਫੈਸਲੇ ਲੈਣ ਦਾ ਕੋਈ ਮਤਲਬ ਨਹੀਂ ਵਿਰੋਧੀ ਵਿਚਾਰ ਨਹੀਂ ਸੁਣਨੇ ਲੋਕ ਖੂਚ ਜਾਣ 2019 ਦੀ ਚੋਣ ਵੇਲੇ ਇਨੇ ਡਟ ਕੇ ਮੀਡੀਆ ਚ ਕਹਿਣ ਲੱਗੇ ਸੀ ਵੋਟ ਜੀ ਨੇ ਪਾਉਣੀਆਂ ਪਾਵੇ ਨਹੀਂ ਨਾ ਪਾਵੇ ਅਸੀਂ ਤਾਂ ਹੀ ਕਰਾਂਗੇ ਸਾਨੂੰ ਮੋਦੀ ਸਾਹਿਬ ਨੇ ਕਿਹਾ ਤਾਂ ਇਹ ਓਪਨ ਨਹੀਂ ਕਹਿੰਦੇ ਸੀ ਇਹਨਾਂ ਦੇ ਬਲਾ ਦੇ ਕਿਉਂਕਿ ਤੁਹਾਨੂੰ ਪਤਾ ਮੈਂ ਤਾਂ ਮੀਡੀਆ ਜਾਂਦਾ ਰਹਣਾ ਉਹਨਾਂ ਚ ਮੈਂ ਆਪ ਪਾਰਟਿਸਿਪੇਟ ਕਰਿਆ ਹਾਂ ਜਿੱਥੇ ਇਹ ਐ ਬੋਧ ਰਹੇ ਨੇ ਸੋ ਇਸ ਕਰਕੇ ਉਹ ਜਿਹੜਾ ਪਾਰਟ ਆ ਉਹ ਜਿਹੜਾ ਇਹਨਾਂ ਦਾ ਹਿੱਸਾ ਹੈ ਇਹਨਾਂ ਨੂੰ ਪਤਾ ਲੱਗਿਆ ਵੀ ਹੁਣ ਅਸੀਂ ਹਾਰਾਂਗੇ ਠੀਕ ਹੈ ਇਹ 2024 ਤੱਕ ਐ ਸਾਹਿਬ ਨੇ ਕਿਹਾ ਤਾਂ 2024 ਤੱਕ ਚੱਲਾਂਗੇ ਫੇਰ ਕੋਈ ਨਹੀਂ ਚੱਲਣ ਦੋ ਉਗਰਾਹ ਸਾਹਿਬ ਨੇ ਐਲਾਨ ਕਰਤਾ ਉਹਨਾਂ ਨੇ ਦੇਖ ਲਿਆ ਵੀ ਅਸੀਂ ਤੋੜਪੰਨ ਕਰਕੇ ਦਬਾਅ ਦੇ ਕੇ ਬੱਦੂ ਕਰਕੇ ਖਾਲਸਤਾਨੀ ਕਹਿ ਕੇ ਆਈਏ ਸਿੱਦੇ ਏਜੰਟ ਕਹਿ ਕੇ ਨਕਸਲਾਈਟ ਕਹਿ ਕੇ ਤੇ ਨੈਸਟਿਸਟ ਕਹਿ ਕੇ ਅਸੀਂ ਇਹਨਾਂ ਨੂੰ ਐਂਟੀ ਨੈਸ਼ਨਲ ਕਹਿ ਕੇ ਅਸੀਂ ਇਹਨਾਂ ਨੂੰ ਹਰਾ ਨਹੀਂ ਸਕੇ ਇਹਨਾਂ ਦੇ ਇਰਾਦੇ ਤੋਂ ਨਹੀਂ ਅਸੀਂ ਡੇਗ ਸਕੇ ਸੋ ਇਹ ਜਿਹੜਾ ਬਿਰੜ ਇਰਾਦਾ ਕਿਸਾਨਾਂ ਦਾ ਇੱਕ ਤਾਂ ਇਹ ਸਭ ਸੰਤੋਖ ਜ਼ਿਰੜ ਇਹ ਜਿਹੜਾ ਸੀ ਇਹਨਾਂ ਦਾ ਬਹੁਤ ਵੱਡੀ ਗੱਲ ਹੈ ਦੂਜਾ ਉਹਨਾਂ ਨੇ ਕੀ ਕਰਿਆ ਕਨੈਕਟਿਵ ਲੀਡਰਸ਼ਿਪ ਸਾਂਝੀ ਲੀਡਰਸ਼ਿਪ ਤੁਸੀਂ ਦੇਖੋ ਵੀ ਜਿਹੜੀ ਜਥੇਬੰਦੀ ਦੇ ਥੋੜੇ ਜਿਹਾ ਇੱਕ ਜਿਹੜੇ ਚ ਦੋ ਜਿਹੇ ਵਿੱਚ ਵੋਟ ਉਹਦੀ ਬਰਾਬਰ ਹੈ ਸੋ ਇਹਨਾਂ ਨੂੰ ਆਏ ਨੇ ਦੇਖਿਆ ਵੀ ਯੂਪੀ ਚ ਅਸੀ ਨੇ ਤੇ ਪੰਜਾਬ ਦੀਆਂ 13 ਨੇ ਹੁਣ ਪੰਜਾਬ ਤੋਂ ਆਪਾਂ ਕੀ ਲੈਣਾ ਉਹ ਕਹਿੰਦੇ ਚਾਹੇ ਇੱਕ ਛੋਟੀ ਜਥੇਬੰਦੀ ਚਾ ਵਡੀ ਸਭ ਬਰਾਬਰ ਸਭ ਦੀ ਬਰਾਬਰ ਵੋਟ ਜੋ ਫੈਸਲੇ ਇਕੱਠੇ ਹੋ ਕੇ ਬੈਠ ਕੇ ਲੈਂਦੇ ਨੇ ਫਿਰ ਇਸ ਤੋਂ ਅੱਗੇ ਵੱਡੇ ਤੋਂ ਵੱਡੇ ਲੀਡਰ ਨੂੰ ਸੱਜਾ ਦਿੰਦੇ ਨੇ ਤੇ ਉਹ ਮਨਜ਼ੂਰ ਕਰਦਾ ਰਾਜੇ ਹਾਲ ਸਾਹਿਬ ਨੂੰ ਬਿਆਨ ਵਾਪਸ ਲਿਆ ਉਹਨਾਂ ਨੇ ਰੁਬੂ ਸਿੰਘ ਮਾਨ ਸਾਹਿਬ ਸਸਪੈਂਡ ਕਰੇਗਾ ਠੀਕ ਹੈ ਦਰਸ਼ਨਪਾਲ ਹੈ ਦੀਪ ਸਿੰਘ ਵਾਲਾ ਤੇ ਇਸ ਕਰਕੇ ਇਹ ਜਿਹੜੇ ਇਹਨਾਂ ਦੇ ਤੌਰ ਤਰੀਕੇ ਸੀ ਕੰਮ ਕਰਨਦੇ ਔਰ ਬੜੇ ਦੁਖੀ ਹੋ ਕੇ ਬਿਮਾਰ ਰਾਜਵਾਲ ਸਾਹਿਬ ਬਿਮਾਰpen ਤਾਂ ਵੀ ਕੰਮ ਕਰ ਰਹੇ ਨੇ ਆਪਣਾ ਡੱਡੇਆਲ ਸਾਹਿਬ ਜਗਜੀਤ ਸਿੰਘ ਉਹ ਬਿਮਾਰ ਨੇ ਤਾਂ ਵੀ ਉੱਠ ਕੇ ਜਦੋਂ ਉੱਥੇ ਨਾਲ ਦੀ ਨਾਲ ਕੰਮ ਸ਼ੁਰੂ ਕਰਤਾ ਸੋ ਜਿਹੜਾ ਸਮੂਹਿਕ ਲੀਡਰਸ਼ਿਪ ਦਾ ਸੋਚ ਸਮਝ ਕੇ ਫੈਸਲੇ ਲੈਂਦਾ ਗਰਮੀ ਚ ਨਾ ਆਉਂਦਾ ਆਏ ਨੇ ਪਹਿਲਾਂ ਪਹਿਨਾ ਗਰਮੀ ਚ ਗਰਮੀ ਚ ਨਾ ਆਉਂਦਾ ਮੌਕੇ ਸਰ ਜਿਹੜਾ ਹੁਣ ਚਡੂਨੀ ਸਾਹਿਬ ਵਾਲਾ ਫੈਸਲਾ ਸੀ ਇਹਨਾਂ ਦਾ ਹਾਂਜੀ ਹਾਂਜੀ ਉਹਨੇ ਵੀ ਅਸਰ ਪਾਇਆ ਹੈ ਵੀ ਜੀ ਚਡੂਨੀ ਨੂੰ ਇਹ ਕਰ ਦੇ ਸਕਦੇ ਨੇ ਇਹ ਤਾਂ ਕੁਝ ਵੀ ਕਰਨੇ ਤਿਆਰ ਨੇ ਸੋ ਜਦ ਬੰਦਾ ਮਰਨ ਮਾਰਨ ਨੂੰ ਤਿਆਰ ਹੋ ਜੇ ਵੀ ਦੇਖੀ ਜਾਓ ਹੁਣ ਉਹ ਕਿਉਂ ਤਿਆਰ ਹੋਏ ਨੇ ਉਹ ਤਿਆਰ ਇਸ ਕਰਕੇ ਹੋਏ ਨੇ ਵੀ ਸਾਡੀਆਂ ਜ਼ਮੀਨਾਂ ਵੀ ਜਾ ਰਹੀਆਂ ਨੇ ਸਾਡੀ ਖੇਤੀ ਵੀ ਜਾ ਰਹੀ ਆ ਸਾਨੂੰ ਗੰਦੀਆਂ ਬਕਤੀਆਂ ਚ ਬਿਠਾ ਦੇਣਾ ਇਹਨਾਂ ਕਾਨੂੰਨਾਂ ਨੇ ਸ਼ਰਾਂ ਦੀਆਂ ਆਪਦੇ ਪਿੰਡਾਂ ਚੋਂ ਭੱਟ ਕੇ ਕਿ ਉਹ ਜਿਹੜਾ ਵੱਡਾ ਦੁੱਖ ਸੀ ਇਹ ਦੁੱਖ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਇਤਿਹਾਸ ਇਹੀ ਸਿਰਜਦਾ ਜਦ ਬੰਦਨ ਲੱਗੇ ਮੇਰਾ ਗਿਆ ਉਹ ਕਹਿੰਦਾ ਮੇਰੇ ਤਾਂ ਕੁਝ ਰਿਹਾ ਹੀ ਨਹੀਂ ਚੱਬ ਦੇਖੀ ਜਊਗਾ ਫਿਰ ਉਹ ਸਿਰ ਦੇਣ ਨੂੰ ਤਿਆਰ ਹੁੰਦਾ ਸੋ ਇਸ ਕਰਕੇ ਇਹ ਗੱਲ ਦੇ ਉੱਤੇ ਹਰਿਆਣੇ ਚ ਮਹਾਪੰਚਾਇਤ ਹੋਈ ਸੀ ਉੱਥੇ ਇੱਕ ਬਜ਼ੁਰਗ ਔਰਤ ਨੂੰ ਪੁੱਛਦੇ ਨੇ ਝੁੰਝੜ ਕੱਢ ਕੇ ਰੱਖਦੀਆਂ ਨੇ ਜਿਹੜਾ ਕਹਿੰਦੇ ਹਰਿਆਣੇ ਹਰਿਆਣੇ ਦੀ ਔਰਤਾਂ ਹੈ ਅੱਗੇ ਆਈਆਂ ਮੈਂ ਤਾਂ ਹੈਰਾਨ ਆ ਇਸ ਗੱਲ ਦੇ ਉੱਤੇ ਜਿੱਥੇ ਕਹਿੰਦੇ ਹਰਿਆਣੀ ਔਰਤ ਹੀ ਨਹੀਂ ਅਗਰ ਉਹ ਮਹਾਪੰਚਾਇਤ ਦੀ ਢੀਡੀ ਗਿਣਤੀ ਜਿਨੂੰ ਪੁੱਛਦੇ ਨੇ ਉੱਥੇ ਇਹ ਜੇ ਸਵਾਲ ਹਰਿਆਣੇ ਨਾਲ ਕਰੇ ਜਾ ਰਹੇ ਨੇ ਕਹਿੰਦੇ ਮੋਦੀ ਤੋਂ ਬੜਾ ਜਿੱਦੀ ਆ ਇੱਕ ਬਜ਼ੁਰਗ ਹੋਰ ਤਾਂ 70 ਸਾਲ ਦੀ ਕਹਿੰਦੇ ਕਿ ਹਮ ਕਮ ਜਿੱਦੀ ਹੈ ਦੂਜੇ ਨੂੰ ਪੁੱਛਦਾ ਇਹ ਅੰਦੋਲਨ ਕਿੰਨਾ ਚਿਰ ਚੱਲੇਗਾ ਜਿੰਨਾ ਚਿਰ ਚੱਲੇਗਾ ਚੱਲੇਗਾ ਕਾਨੂੰਨ ਵਾਪਸ ਕਰਾएंगे ਤੀਜੀ ਨੂੰ ਪੁੱਛਦੇ ਨੇ ਵੀ ਇਹ ਤੁਸੀਂ ਹੁਣ ਫਸਲ ਦੀ ਕਟਾਈ ਆ ਗਈ ਹੈ ਝੋਨੇ ਕੀ ਤਾਂ ਫਿਰ ਕੈਸੇ ਅੰਦੋਲਨ ਚੱਲੇ ਕਹਿੰਦੀ ਜਿੰਨੇ ਅੰਦੋਲਨ ਕਰਨਗੇ ਰਾਤ ਨੂੰ ਕਟਾਈ ਕਰਨਗੇ ਮਤਲਬ ਇਹ ਮੈਂ ਸ਼ਾਇਦ ਇਹ ਜੇ ਜਵਾਬ ਨਾ ਦੇ ਸਕਦਾ ਇਦਾਂ ਹੀ ਫਰੇ ਹਰਜਿੰਦਰ ਪੰਜਾਬ ਦੇ ਨੌਜਵਾਨ ਖੜੇ ਨੇ ਕੋਈ ਤੁਹਾਡੇ ਵਰਗਾ ਪੱਤਰਕਾਰ ਜਾਂਦਾ ਉਹ ਕਹਿੰਦਾ ਹਰਿਆਣੇ ਵਾਲਿਆਂ ਨੂੰ ਪੁੱਛਦਾ ਕਹਿੰਦਾ ਇਹਨਾਂ ਨਾਲ ਰਲੇ ਫਿਰ ਜਿਉ ਤੁਸੀਂ ਤੇ ਤੁਸੀਂ ਫਿਰ ਨਹਿਰ ਹੀ ਬਣਵਾ ਲਓ ਇਹਨਾਂ ਤੋਂ ਪਾਣੀ ਲੈ ਲਓ ਉਹ ਕਹਿੰਦਾ ਮੇਰੇ ਤੋਂ ਪਾਣੀ ਦੀ ਕੀ ਜ਼ਰੂਰਤ ਹੀ ਨਹੀਂ ਹੈ ਹੈ ਇਹ ਤਾਂ ਸਿਆਸਤਦਾਨ ਨੇ ਕੀਆ ਹੈ ਫਿਰ ਪੰਜਾਬ ਵਾਲਿਆਂ ਨੂੰ ਕੁਛ ਦਾ ਤੁਸੀਂ ਨਹਿਰ ਖੋਦ ਦਿਓ ਵੀ ਇਹਨਾਂ ਵਾਸਤੇ ਕਿਉਂ ਰੁਕਦੇ ਹੋ ਉਹ ਕਹਿੰਦਾ ਨਹਿਰ ਤਾਂ ਪਤਾ ਨਹੀਂ ਖੋਦੀ ਜਾਊ ਜਾਂ ਨਹੀਂ ਖੋਦੀ ਜਾਊਗੀ ਪਰ ਜੇ ਸਾਡੇ ਛੋਟੇ ਪਿੰਡਾਂ ਨੂੰ ਪਾਣੀ ਦੀ ਲੋੜ ਹੋਈ ਨਾ ਅਸੀਂ ਕਈਆਂ ਨਾਲ ਪੱਥਕੇ ਪਾਣੀ ਪਹੁੰਚਾ ਦਾਂਗੇ ਉਹ ਕਹਿ ਰਹੇ ਨੇ ਸੰਤ ਪਾਣੀ ਦੀ ਡੋੜੀ ਨਹੀਂ ਇਹ ਕਹਿੰਦੇ ਸੀ ਪਚਾਰਾਂਗੇ ਜੇ ਰੋੜਾ ਕਿੱਡੀ ਵੱਡੀ ਏਕਤਾ ਕਿੱਡੀ ਵੱਡਾ ਰੋੜਾ ਦਾ ਉਹ ਨੌਜਵਾਨ ਹੋ ਸਕਦਾ ਮੈਂ ਇਹ ਜਵਾਬ ਨਾ ਦੇ ਸਕਦਾ ਸੱਚੀ ਗੱਲ ਤਾਂ ਹੁੰਦਾ ਇਹ ਚਰਵਾ ਸਖਾਂਦਾ ਫਿਰ ਨਵੇਂ ਗੀਤ ਸਿਰਜੇ ਗਏ ਨੇ ਜਿਹੜੇ ਲੋਕ ਪੜਦੇ ਨਹੀਂ ਸੀ ਉਹ ਪੜਨ ਲੱਗੇ ਨੇ ਉੱਥੇ ਜਿਹੜੇ ਕਾਮਨਿਸਟ ਕਹਿੰਦੇ ਸੀ ਵੀ ਸਾਡੀ ਸਟੇਜ ਤੇ ਕੋਈ ਰੱਬ ਦੇ ਨਾਮ ਦਾ ਨਾਅਰਾ ਨਹੀਂ ਲੱਗ ਸਕਦਾ ਉਹ ਉੱਥੇ ਹੁੰਦੇ ਰਹੇ ਨੇ ਅਰਦਾਸਾਂ ਹੁੰਦੀਆਂ ਨਹੀਂਆਂ ਨੇ ਜਿਹੜੇ ਧਾਰਮਿਕ ਸਟੇਜਾਂ ਵਾਲੀ ਸੀ ਉਹ ਕਹਿੰਦੇ ਕਾਮਨਿਸਟਾਂ ਰੱਬ ਨੂੰ ਮੰਨਦੇ ਨਹੀਂ ਉਹ ਸਭ ਇਕੱਠੇ ਹੋ ਗਏ ਸ਼ਹਿਰੀ ਇਕੱਠਾ ਹੋ ਗਿਆ ਪਿੰਡੂ ਇਕੱਠਾ ਹੋ ਗਿਆ ਦਿਹਾੜੀਦਾਰ ਇਕੱਠਾ ਹੋ ਗਿਆ ਕਿਸਾਨ ਇਕੱਠਾ ਹੋ ਗਿਆ ਦੁਪਾਰੀ ਇਕੱਠਾ ਹੋ ਗਿਆ ਆੜਤੀਆ ਇਕੱਠਾ ਹੋ ਗਿਆ ਜਦ ਇਹਨਾਂ ਨੇ ਆੜਤੀਆਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰਿਆ ਇਨਕਮ ਟੈਕਸ ਦਾ ਸਾਰੇ ਇਕੱਠੇ ਹੋ ਗਏ ਇਹ ਕਿਸਾਨਾਂ ਦੇ ਨਾਰਾ ਲਗੇ ਵੀ ਚੰਗਾ ਕਰੋ ਜੇ ਹਿੰਮਤ ਕਰਨੀ ਸੋ ਉਹਦੇ ਵਿੱਚ ਈਵਨ ਜਿਹੜੀਆਂ ਸਸਤਾਵਾ ਮੈਂ ਕਹਾਂਗਾ ਦੇਸ਼ ਨੂੰ ਕੀ ਕੀ ਇਹਨਾਂ ਦਿੱਤਾ ਇੱਕ ਜਮੂਰੀ ਫੈਸਲੇ ਸੋ ਸਮਝ ਰੱਖਣਾ ਧਰਮਾ ਰੱਖਣਾ ਇਹਦੇ ਨਾਲ ਇੱਕ ਹੋਰ ਦਿੱਤਾ ਹੈ ਔਰਤਾਂ ਨੂੰ ਗੇਡੋਣਾ ਨੌ ਜਨਾਂ ਨੂੰ ਨਾਲ ਦੇਣਾ ਇਸ ਤੋਂ ਅਗੇ ਇੱਕ ਨਵਾਂ ਦਿੱਤਾ ਕਿ ਦੇਸ਼ ਦੀਆਂ ਸੰਸਥਾਵਾਂ ਨੂੰ ਤੋੜਿਆ ਜਾ ਰਿਹਾ ਸੀ ਬੁਰੀ ਤਰ੍ਹਾਂ ਮਧੋੜਿਆ ਜਾ ਰਿਹਾ ਸੀ ਪੈਰਾਂ ਥੱਲੇ ਉਹ ਸੰਸਥਾਵਾਂ ਨੂੰ ਵੱਡ ਮਿਲਿਆ ਇਸ ਅੰਦੋਲਨ ਨਾਲ ਸੁਪਰੀਮ ਕੋਰਟ ਦੇ ਜੱਜ ਬੋਬਡੇ ਸਾਹਿਬ ਚੀਫ ਜਸਟਿਸ ਨੇ ਜਿਨ੍ਹਾਂ ਬਾਰੇ ਬੜਾ ਸਮਝਿਆ ਜਾਂਦਾ ਸੀ ਵੀ ਤਾਂ ਇਹ ਉਹਨਾਂ ਨੇ ਕਿਹਾ ਸੀ ਖੂਨ ਨਾਲ ਹੱਥ ਨਹੀਂ ਰੰਗਣੇ ਕਿਸਾਨਾਂ ਦਾ ਇਹ ਚੁਕਾ ਕੇ ਫਿਰ ਹੁਣ ਇੱਕ ਬੈਂਚ ਦੇ ਕਰਤਾ ਨੋਟਿਸ ਜਾਰੀ ਕਰਤਾ ਇੱਕ ਬੀਬੀ ਦੇ ਪਟੀਸ਼ਨ ਦੇ ਉੱਤੇ ਜੇ ਕਿ ਜੋ ਸਿੰਘੂ ਬਾਰਡਰ ਵਾਲੀ ਘਟਨਾ ਸਹੀ ਸਾਹਮਣੇ ਨਾਉਂ ਦੀ ਲੋਕਾਂ ਦੇ ਕਿ ਪੱਕੀ ਗੱਲ ਹੈ ਸੁਪਰੀਮ ਕੋਰਟ ਕੋਈ ਹਜਾਰ ਉਹਨਾਂ ਨੇ ਦੇਖ ਲਈ ਇਹ ਤਾਂ ਕਮ ਗੜਵੜਾ ਇਹ ਤਾਂ ਏਜੰਸੀਆਂ ਕਰਾ ਰਹੀਆਂ ਨੇ ਉਹ ਵਿੱਚ ਹੀ ਦੋ ਗਿਆ ਕਿਸਾਨਾਂ ਦੇ ਹੱਕ ਚ ਲਖੀਂਪੁਰ ਖੇੜੀ ਵਾਲਾ ਤੁਹਾਡੇ ਸਾਹਮਣੇ ਜੈਨ ਸਾਹਿਬ ਨੂੰ ਲਾਇਆ ਜਾਂ ਸਾਹਿਬ ਨੂੰ ਸੁਪਰੀਮ ਕੋਰਟ ਨੇ ਕਿਹਾ ਵੀ ਤੁਹਾਨੂੰ ਤੁਹਾਡੇ ਤੋਂ ਯਕੀਨ ਨਹੀਂ ਹੈ ਸੋ ਇਹ ਜਿਹੜਾ ਬਦਲਾ ਆ ਰਹੇ ਨੇ ਸਿਆਸਤ ਵਿੱਚ ਵੀ ਸਿਆਸਤ ਦੀ ਤਾਂ ਮਜਬੂਰੀ ਹੈ ਜੇ ਸਿਆਸਤ ਚੋਂ ਉਸ ਤੋਂ ਨਾ ਬਦਲਾ ਨਹੀਂ ਆਇਆ ਇਹ ਮਜਬੂਰੀ ਚ ਕਰ ਰਹੇ ਨੇ ਪਰ ਜਿਹੜਾ ਮੈਂ ਕਹਾਂਗਾ ਸੋਚ ਦੇ ਪੱਧਰ ਦੇ ਉੱਤੇ ਸਾਡੀਆਂ ਸੰਸਥਾਵਾਂ ਜਿਨ੍ਹਾਂ ਅਸੀਂ ਪੱਕੀ ਸਰਕਾਰ ਕਹਿੰਦੇ ਆ ਜਿਹਦੇ ਸਹਾਰੇ ਮਰਿਆਦਾ ਦੇ ਸਹਾਰੇ ਮੁਲਕ ਚੱਲਦੇ ਨੇ ਇਹ ਜਿਹਨੇ ਸਿਆਸੀ ਹਕੂਮਤਾਂ ਆਉਂਦੀ ਰਹਿੰਦੀਆਂ ਜਾਂਦੀ ਰਹਿੰਦੀਆਂ ਸਿਆਸੀ ਹਕਮਰਾਨ ਬਦਲਦੇ ਰਹਿੰਦੇ ਨੇ ਜਿਹੜੀਆਂ ਪੱਕੀਆਂ ਸਰਕਾਰਾਂ ਨੇ ਉਹ ਜਿਹੜੀਆਂ ਸਿੱਥੜ ਹੋ ਗਈਆਂ ਸੀ ਜਿੰਨਾ ਲੱਗਦਾ ਯਾਰ ਅਸੀਂ ਕੀ ਕਰ ਸਕਦੇ ਆ ਉਹ ਥੋੜਾ ਜਿਹਾ ਉਠੀਆਂ ਨੇ ਇਹ ਦੇਸ਼ ਦੀ ਵੱਡੀ ਸੇਵਾ ਹੈ ਦੇਸ਼ ਦੇ ਇਖਤਵਾਸ ਤੇ ਖੰਡਾ ਵਾਸਤੇ ਪ੍ਰਭੂ ਸਤਾ ਵਾਸਤੇ ਔਰ ਦੇਸ਼ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਵਾਸਤੇ ਵਿਚਾਰ ਵਿਅਕਤ ਕਰਨ ਵਾਸਤੇ ਚੰਗੀਆਂ ਸਿਹਤ ਚੰਗੀ ਸਿੱਖਿਆ ਦੇਣ ਵਾਸਤੇ ਇੱਕ ਜੇ ਹੋਰ ਨਹੀਂ ਤੇ ਐਮਐਸਪੀ ਦੀ ਮੰਗ ਜਿਵੇਂ ਹੈਗੀ ਹੈ ਵੀ ਸਾਡਾ ਅਨਾਜ ਠੀਕ ਮਿਲੇ ਸਾਡੀ ਖੇਤੀ ਦੀ ਕਦਰ ਪਵੇ ਸਾਡੀ ਕਿਰਤ ਦੀ ਕਦਰ ਪਵੇ ਸੋ ਕਿਰਤ ਤੇ ਕਿਰਤੀ ਦੀ ਗੱਤ ਹੈ ਮੇਰੇ ਹਿਸਾਬ ਨਾਲ ਠੀਕ ਹੈ ਸਰ ਇਹ ਹੁਣ ਸਭ ਤੋਂ ਵੱਡਾ ਸਵਾਲ ਇਹ ਆਉਂਦਾ ਜੀ ਕਿ ਭਾਜਪਾ ਦੇ ਲੀਡਰ ਜਦੋਂ ਤੱਕ ਕਰਨ ਤੱਕ ਤੇ ਇਹੀ ਬੋਲ ਰਹੇ ਸੀ ਕਿ ਇਹਦੇ ਵਿੱਚ ਕੀ ਗਲਤ ਹੈ ਜੀ ਸਾਨੂੰ ਦੱਸੋ ਸਾਡੇ ਨਾਲ ਬਹਿ ਕੇ ਗੱਲ ਕਰੋ ਜਾਂ ਕਈ ਲੀਡਰ ਬਿਨਾ ਸੋਚੇ ਸਮਝੇ ਬੋਲ ਰਹੇ ਸੀ ਕਿ ਇਹ ਤਾਂ ਵਾਪਸ ਨਹੀਂ ਹੋਣਾ ਉਹੀ ਵਾਲੀ ਗੱਲ ਆ ਗਈ ਤੇ ਹੁਣ ਸਰ ਜੋ ਆਮ ਲੋਕਾਂ ਦੀ ਸੋਚ ਬਦਲ ਗਈ ਭਾਜੀਪੀ ਬਾਰੇ ਖਾਸ ਕਰਕੇ ਪੂਰੇ ਦੇਸ਼ ਦੀ ਬਦਲ ਗਈ ਕਿਉਂਕਿ ਰੇਟ ਵਧੇ ਕਿਤੇ ਹਾਰ ਗਏ ਇਹ ਹੁਣ ਜਿਹੜਾ ਇਹ ਡੈਮੇਜ ਕੰਟਰੋਲ ਹੈ ਤੁਹਾਨੂੰ ਕੀ ਲੱਗਦਾ ਕਿ ਇਹ ਕਾਨੂੰਨ ਵਾਪਸ ਲੈਣ ਤੋਂ ਬਾਅਦ ਕੋਸ਼ਿਸ਼ ਤਾਂ ਇਹਨਾਂ ਦੀ ਇਹੀ ਹੈ ਵੀ ਕਿ ਡੈਮੇਜ ਕੰਟਰੋਲ ਹੋ ਜਵੇ ਸਾਡਾ ਜਿੱਥੇ ਸਾਡੀ ਡੋਮਿਨੇਸ਼ਨ ਸੀਗੀ ਉਹ ਦੁਬਾਰਾ ਆ ਜਾਵੇ ਦੀ ਲੱਗ ਰਿਹਾ ਤੁਹਾਨੂੰ ਵਾਪਸ ਉਹ ਸਟੇਟਸ ਮਿਲ ਜਾਏਗਾ ਲੋਕਾਂ ਦੇ ਮਨਾਂ ਦੇ ਵਿੱਚ ਇਮੇਜ ਬਣ ਜਾਏਗੀ ਦੁਬਾਰਾ ਦੇਖੋ ਗੱਲ ਇਹ ਹੈ ਵੀ ਜਿੰਨਾ ਇਹਨਾਂ ਨੇ ਆਪਦਾ ਨੁਕਸਾਨ ਕਰਿਆ ਲੋਕਾਂ ਦੇ ਮਨਾਂ ਚ ਲੋਕਾਂ ਦਾ ਇਹਨਾਂ ਦਾ ਆਪਦਾ ਕੀ ਨੁਕਸਾਨ ਹੈ ਤਾਂ ਰਾਜ ਕਰਨਾ ਚਾਹੁੰਦੇ ਨੇ ਰਾਜ ਤਾਂ ਫੇਸੇ ਜੀ ਨਾਂ ਵੀ ਕੁਝ ਕਰਨ ਤਾਂ ਕਿਹੜਾ ਹਾਰੇ ਨਹੀਂ ਸੀਗੇ 2004 ਚ ਵੀ ਜਿਹੜਾ ਹਾਰੇ ਸੀਗੇ ਸੋ ਜਿੱਤਣਾ ਹਾਰਨ ਚ ਮੈਂ ਉਹਨਾਂ ਨਹੀਂ ਲੈਂਦਾ ਜਿੰਨਾ ਇਹਨਾਂ ਨੇ ਸੰਸਧਾਵਾਂ ਤੋੜ ਕੇ ਨੁਕਸਾਨ ਕਰਤਾ ਸੀ ਤੇ ਜਿੰਨਾ ਲੋਕਾਂ ਦੇ ਮਨਾਂ ਚ ਪਹਿਨਾ ਮਨਾਂ ਚ ਨਹੀਂ ਕਰਨਾ ਪੈਦਾ ਹੋਈ ਸੀ ਇਹਨਾਂ ਪ੍ਰਤੀ ਉਹ ਜਿਹੜੀ ਘਿਰਨਾ ਪੈਦਾ ਹੋਈ ਸੀ ਉਹ ਡੈਫੀਨੇਟਲੀ ਘਟੇਗੀ ਦੇਖੋ ਲੋਕਾਂ ਨੂੰ ਜਿਹੜੇ ਬੰਦੇ ਵਿੱਚ ਵਿਚਵਚਾ ਵੀ ਯਾਰ ਇੰਨੇ ਜਿੱਦੀ ਨੇ ਹੁਣ ਉਹ ਇਹ ਤਾਂ ਕਹਿਣਗੇ ਯਾਰ ਪ੍ਰਧਾਨ ਮੰਤਰੀ ਨੇ ਇਹ ਤਾਂ ਵੱਡੀ ਗੱਲ ਦਿਖਾ ਦਿੱਤੀ ਹੈ ਨਾ ਬੜਪਨ ਆਇਆ ਤਾਂ ਮਾਫੀ ਮੰਗੀ ਹੈ ਗਲਤੀ ਕਹੀ ਹੈ ਇਹ ਮੰਨਣਾ ਵੀ ਚਾਹੀਦਾ ਹੈ ਇਸ ਨੂੰ ਮੈਂ ਇਹ ਨਹੀਂ ਕਹਿੰਦਾ ਚਾਹੇ ਕਿਸਾਨੰਦਰਬਨ ਕਰ ਕੀ ਕਰੀਆ ਪਰ ਕਰੀ ਤਾਂ ਹੈ ਨਾ ਸਾਨੂੰ ਇਹ ਇਹ ਫਰਕ ਪਏਗਾ ਜਿਹੜੇ ਬੀਜੇਪੀ ਵਾਲਾ ਨੂੰ ਬਾਹਰ ਨਿਕਲਣ ਦਾ ਔਖਾ ਸੀ ਹੁਣ ਉਹ ਬਾਹਰ ਨਿਕਲਣਗੇ ਲੋਕ ਆਏ ਉਹਨਾਂ ਦੇ ਗਲਾਂ 'ਚ ਹਾਰ ਨਹੀਂ ਪਾਉਣਗੇ ਉਹ ਤਾਂ ਇਹਨਾਂ ਦੀ ਪਾਰਟੀ ਆਲੀ ਪਾਉਣਗੇ ਦੂਜੀ ਗੱਲ ਜਿਹੜੀ ਇਹਨਾਂ ਦੀ ਪਾਰਟੀ ਕੀ ਟੁੱਟਪਾ ਜ ਹੋਣੀ ਸੀ ਵੱਡੀ ਉਹ ਰੁਕ ਗਈ ਰੁਕ ਜਾਏਗੀ ਸੋ ਪਾਰਟੀ ਜੀ ਟੁੱਟਪਾ ਜ ਰੁਕੇਗੀ ਲੋਕਾਂ ਦੇ ਮਨਾਂ ਦਾ ਰੋ ਜਿਹੜਾ ਮੰਨ ਲੋ ਵੀ ਜੇ 100 ਸੀ ਤਾਂ ਹੁਣ 90 ਰਹਿ ਜਾਏਗਾ 80 ਰਹਿ ਜਾਏਗਾ 10 20% ਉਹ ਘਟੇਗਾ ਜਿਹਦੇ ਨਾਲ ਇਹਨਾਂ ਨੂੰ ਕੁਝ ਵੋਟ ਪਰਸੈਂਟੇਜ ਵੀ ਵਧੇਗੀ ਸਰ ਮੇਰਾ ਆਖਰੀ ਸਵਾਲ ਹੈਗਾ ਕਿ ਜਦੋਂ ਦੇ ਬੀਜੇਪੀ ਨੇ ਕਾਨੂੰਨ ਲਾਗੂ ਕੀਤੇ ਨੇ ਹਰ ਇੱਕ ਪਾਰਟੀ ਬੀਜੇਪੀ ਦੀ ਭਾਈਵਾਲ ਪਾਰਟੀ ਭਜ ਰਹੀ ਸੀ ਤੁਹਾਡੇ ਸਾਹਮਣੇ ਹੀ ਹੈ ਸਾਊਥ ਦੇ ਵਿੱਚ ਕਿੰਨੀਆਂ ਪਾਰਟੀਆਂ ਛੱਡ ਕੇ ਚਲੇ ਗਈਆਂ ਚਾਹੇ ਉਹ ਸ਼ਿਵ ਸੈਨਾ ਸੀ ਚਾਹੇ ਹੋਰ ਕੋਈ ਸੀ ਕੋਈ ਵੀ ਕਾਰਨ ਬਣੇ ਹੁਣ ਪਰ ਉਹਨਾਂ ਨੇ ਛੱਡਣ ਚ ਭਲਾਈ ਸਮਝੀ ਹੈ ਹੁਣ ਆਪਾਂ ਪੰਜਾਬ ਦੀ ਚੋਣਾਂ ਦੀ ਗੱਲ ਕਰੀਏ ਸਿਰ ਤੇ ਆ ਗਈਆਂ ਨੇ ਤੇ ਸਭ ਤੋਂ ਪਹਿਲਾਂ ਟੁੱਟਿਆ ਅਕਾਲੀ ਦਲ ਕੀ ਲੱਗ ਰਿਹਾ ਤੁਹਾਨੂੰ ਕਿ ਆ ਲੈਣ ਤੋਂ ਬਾਅਦ ਅਕਾਲੀ ਦਲ ਦੀ ਕੋਸ਼ਿਸ਼ ਹੋਏਗੀ ਕਿ ਦੁਬਾਰਾ ਫੇਰ ਭਾਈਵਾਲੀ ਕੀਤੀ ਜਾਵੇ ਇਹਨਾਂ ਨਾਲ ਕਿਉਂਕਿ ਬੀਜੇਪੀ ਦਾ ਆਪਣਾ ਤਾਂ ਕੋਈ ਇੱਥੇ ਐਡਾ ਵੱਡਾ ਆਧ ਦੂਸਰਾ ਸਵਾਲ ਇਹ ਹੈਗਾ ਜੀ ਕਿ ਬੀਜੇਪੀ ਕੀ ਇਕੱਲਿਆਂ ਹੀ ਚੋਣ ਲੜਨ ਦੇ ਸਮਰੱਥ ਹੈਗੀ ਹੁਣ ਪੰਜਾਬ ਦੇ ਵਿੱਚ ਦੇਖੋ ਪਹਿਲਾਂ ਤਾਂ ਮੈਂ ਠੀਕ ਹੈ ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਬੀਜੇਪੀ ਦਾ ਕੋਈ ਆਧਾਰ ਨਹੀਂ ਹੈ ਮੈਨੂੰ ਥੋੜਾ ਮੰਨਣਾ ਔਖਾ ਜੋ ਮੈਂ ਇਹਦੀ ਐਨਾਲਿਸਿਸ ਕਰਦਾ ਬੀਜੇਪੀ ਦਾ ਆਧਾਰ ਹੈਗਾ ਪਰ ਉਹ ਆਧਾਰ ਹੋਰ ਤਰ੍ਹਾਂ ਦਾ ਹੈ ਉਹ ਆਧਾਰ ਜਿਹੜਾ ਇਹਨੂੰ ਵੋਟਾਂ ਲੈ ਸਕਦਾ ਸੀ ਹੁਣ ਨਹੀਂ ਲੈ ਸਕਦਾ ਉਹ ਆਧਾਰ ਨੂੰ ਖੋਰਾ ਲੱਗਿਆ ਖੋਰਾ ਹੁੰਦਾ ਹੈ ਕਿਉਂਕਿ ਵੋਟ ਤਾਂ ਲੋਕਾਂ ਦੀ ਆਉਣੀ ਹੈ ਤੇ ਉਹ ਖੋਰਾ ਆਪਣੇ ਸਾਹਮਣੇ ਆ ਕੇ ਕਹਿੰਦੀ ਸੀ ਸਾਡਾ ਤਾਂ 36 ਕਰੋੜ ਬੰਦਾ ਹੈ ਸਾਡੀਆਂ ਜੱਥੇਬੰਦੀਆਂ ਦਾ ਫਿਰ ਤਾਂ ਚਾਰ ਦੇ ਪਿੱਛੇ ਇੱਕ ਚਾਰ ਦੇ ਵਿੱਚ ਇੱਕ ਹੋ ਗਿਆ ਨਾ ਜੇ ਇੱਕ ਬੰਦਾ ਤਿੰਨ ਬੰਦਿਆਂ ਨੂੰ ਨਹੀਂ ਸਮਝਾ ਸਕਿਆ ਤੇ ਅਲਟੀਮੇਟਲੀ ਵਾਪਸ ਆਉਣਾ ਪਿਆ ਅਖਰਕਾਰ ਹੈ ਤੇ ਫਿਰ ਇਹ ਤੋਂ ਪਤਾ ਲੱਗਦਾ ਹੀ ਆ ਵੀ ਉਹ ਕਿੰਨੇ ਕੁ ਤਾਕਤ ਵਾਲੇ ਬੰਦੇ ਨੇ ਪਰ ਇਹ ਜਿਹੜਾ ਹੈਗਾ ਕਿ ਕਾਦੀ ਦਾਦਾ ਕਾਦੀ ਦਲਵਾਰੇ ਲੋਕਾਂ ਦੇ ਸ਼ੰਕੇ ਨੇ ਕਿ ਵੀ ਇਹ ਤਾਂ ਅੰਦਰੋਂ ਰੜੀ ਹੋਏ ਨੇ ਜਿਵੇਂ ਕਾਦੀ ਦਲ ਦਾ ਅਮਰਿੰਦਰ ਸਿੰਘ ਨਾਲ ਵੀ ਰਲੇ ਹੋਣਾ ਲੋਕ ਕਹਿੰਦੇ ਸੀ ਤੇ ਉਹਦੇ ਕਈ ਸਾਹਮਣੇ ਇਹੀਆਂ ਮੈਂ ਤਾਂ ਕੋਈ ਹੁੰਦਾ ਨਹੀਂ ਵੀ ਕੋਈ ਸਾਹਮਣੇ ਕੋਈ ਗਵਾਹ ਹੈ ਹੈ ਕਹਿੰਦੇ ਨੇ ਵੀ ਸੱਚ ਜੇ ਤੁਸੀਂ ਦਿਲ ਨੂੰ ਕੱਟੇਗਾ ਤਾਂ ਖੂਨ ਹੀ ਨਿਕਲਣਾ ਸੱਚ ਥੋੜਾ ਨਿਕਲੇਗਾ ਉਥੋਂ ਸੱਚ ਤਾਂ ਸੱਚ ਹੈ ਇਸੇ ਤਰ੍ਹਾਂ ਹੀ ਭਾਵੇਂ ਸਾਹਮਣੇ ਸਬੂਤ ਕੋਈ ਨਾ ਵੀ ਹੋਵੇ ਪਰ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਜੋ ਫੈਸਲੇ ਆਉਂਦੇ ਸੀ ਜਿਹੋ ਜਿਹੇ ਉਹ ਜੋ ਪਤਾ ਲੱਗਦਾ ਸੀ ਲੋਕ ਕਹਿੰਦੇ ਸੀ ਲੋਕ ਸ਼ੰਕਾ ਕਰਦੇ ਸੀ ਵੀ ਇਹ ਰਲੇ ਹੋਏ ਨੇ ਤੇ ਲੋਕ ਦੂਜੇ ਪਾਸੇ ਵੀ ਸ਼ੰਕਾ ਕਰਦੇ ਸੀ ਵੀ ਭਾਵੇਂ ਉਥੋਂ ਵਜਿਰੀ ਤਾਂ ਛੱਡਦੀ ਪਰ ਅਜੇ ਵੀ ਇਹਨਾਂ ਨੂੰ ਉਹਨਾਂ ਨਾਲ ਝਾਕ ਕੇ ਪਰ ਮੈਂ ਕਹਾਂਗਾ ਵੀ ਕਾਦੀ ਦਲ ਦੀ ਲੀਡਰਸ਼ਿਪ ਜੇ ਸਿਆਣਪ ਕਰੇਗੀ ਜੀ ਔਰ ਜਿਹੜੀ ਉੱਥੇ ਸਿਆਣਪ ਦੀ ਲੀਡਰਸ਼ਿਪ ਹੈਗੀ ਆ ਬੜੇ ਵੱਡੇ ਵੱਡੇ ਕੱਦਾਵਾਰ ਨੇਤਾ ਹੈਗੇ ਨੇ ਉਹਦੇ ਚ ਬਲਕਿ ਮੈਂ ਕਹਾਂਗਾ ਕਾਦੀ ਦਲ ਇੱਕ ਐਸੀ ਪਾਰਟੀ ਹੈ ਜਿਦੇ ਕੋਲ ਤਕੜੇ ਨੇਤਾ ਹੈਗੇ ਨੇ ਜਿਨ੍ਹਾਂ ਦਾ 25 25 30 30 ਸਾਲ ਦਾ ਕੈਰੀਅਰ ਹੈ ਤੇ ਬਾਕੀ ਪਾਰਟੀਆਂ ਚ 25 25 30 30 ਸਾਲ ਵਾਲੇ ਥੋੜੇ ਨੇ ਉਹ ਇਹ ਜਿਹੜਾ 25 25 30 30 ਸਾਲ ਦੇ ਕੈਰੀਅਰ ਵਾਲੇ ਨੇਤਾ ਨੇ ਉਹ ਮੈਨੂੰ ਲੱਗਦਾ ਵੀ ਸੋਚਣਗੇ ਵੀ ਮੁੜ ਕੇ ਅਸੀਂ ਜਿਹੜੀ ਵੱਧ ਅਧਿਕਾਰਾਂ ਵਾਲੀ ਗੱਲ ਹੈ ਜਿਹੜੇ ਪੰਜਾਬ ਦੇ ਖੁੱਸੇ ਹੋਏ ਅਧਿਕਾਰ ਨੇ ਉਹਨਾਂ ਨੂੰ ਜੇ ਵਾਪਸ ਲੈਣ ਦੀ ਗੱਲ ਕਰਨਗੇ ਆਪਦੀਆਂ ਜੜਾਂ ਨਾਲ ਜੁੜ ਕੇ ਰਹਿਣਗੇ ਫੇਰ ਤਾਂ ਕਾਦੀ ਦਲ ਦੀ ਕੋਈ ਮਤਲਬ ਦਸ ਸਦਪੁੱਛ ਹੋਏਗੀ ਨਹੀਂ ਸ਼ਾਇਦ ਓਡੀ ਵੱਡੀ ਨਾ ਹੋਵੇ ਕਿਹੜੇ ਇਹਨਾਂ ਦਾ ਹੈਗਾ 20% ਵੋਟ ਇਹਨਾਂ ਦੀ ਆਪਣੀ ਹੈ ਜਿਹੜੀ ਵੋਟ ਨੂੰ ਕਦੀ ਨਾ ਟੁੱਟੀ ਹੈ ਨਾ ਸ਼ਾਇਦ ਟੁੱਟੇ ਬੀਜੇਪੀ ਅਲਾਉ ਕਰੇਗੀ ਜੀ ਹੁਣ ਇਸੇ ਬੀਜੇਪੀ ਤਾਂ ਆਪਣੀ ਵੀ ਟੋੜਾ ਹੈ ਬੀਜੇਪੀ ਤਾਂ ਸਰਕਾਰ ਬੀਜੇਪੀ ਬਾਕੀ ਪਾਰਟੀਆਂ ਨਾਲੋਂ ਇੱਕ ਗੱਲ ਚ ਸਿਆਣੀ ਹੈ ਉਹ ਕਹਿੰਦੇ ਇਹ ਵੀ ਨਾਲ ਸਮਝੱਤਾ ਕਰ ਲੋ ਜਿਆਦਾ ਸੀਟਾਂ ਵੀ ਦੇ ਦੋ ਚਾਹੇ ਆ ਨਿਚੇਸ਼ ਕੁਮਾਰ ਦਾ ਨਿਸ਼ ਕੁਮਾਰ ਨੂੰ ਬਣਾਇਆ ਨਹੀਂ ਉੱਥੇ ਮੁੱਖ ਮੰਤਰੀ ਉਹ ਕਹਿੰਦੇ ਪਰ ਚੰਨੀ ਤਾਂ ਸਾਡੀ ਹੋਈ ਹੈ ਉਹਨਾਂ ਨੂੰ ਇਹ ਪਤਾ ਵੀ ਜਿਹੜੋਂ ਭਾਵੇਂ ਉੱਥੇ ਗੱਡੀ ਤੇ ਬਿਠਾ ਦਿਓ ਚੰਨੀ ਸਾਡੀ ਹੈ ਬੀਜੇਪੀ ਜਿਆਦਾ ਤਿੱਖੀ ਹੈ ਇਸ ਮਾਮਲੇ 'ਚ ਬਾਕੀ ਟੜ ਜਾਂਦੇ ਨੇ ਬਿਨਾਂ ਜੀ ਸਾਡੀਆਂ ਗਿਣਤੀ ਵਧਾ ਫਲਾਣਾ ਪਾਰਟੀ ਦੇ ਵਿਧੇਂ ਲੜਾਈ ਕਰੀ ਜਾਂਦੇ ਨੇ ਸੋ ਇਹ ਦੇ ਦਿੰਦੇ ਨੇ ਇਹ ਜਿਹੜੇ ਇੰਨਾ ਤੇ ਹੁਣ ਚਾਹੇ ਜੋ ਵੀ ਹੈ ਇੰਨਾ ਚ ਕੋਈ ਟੁੱਟ ਕੇ ਮੁੱਖ ਮੰਤਰੀ ਬਣਨ ਵਾਸਤੇ ਨਹੀਂ ਗਿਆ ਪਰ ਕਾਂਗਰਸ ਚ ਟੁੱਟ ਕੇ ਪਹਿਲਾਂ ਸਿੰਧਿਆ ਟੁੱਟਿਆ ਫਿਰ ਸਚਨਪਾਲੜ ਵੀ ਟੁੱਟਣ ਤਿਆਰ ਸੀ ਇਹ ਤਾਂ ਸਭ ਨੂੰ ਪਤਾ ਹੈ ਫਿਰ ਅਮਰਿੰਦਰ ਟੁੱਟਿਆ ਜਿਹੜਾ ਬੰਦਾ ਇਹਨਾਂ ਦਾ ਇੰਨਾ ਸੀ ਅਮਰਿਆ ਹੋ ਰਿਹਾ ਵੀ ਤੂੰ ਯਾਰ ਸ਼ਾਂਤੀ ਇਹਨਾਂ ਤੇਰੀ ਉਮਰ ਹੋ ਗਈ ਹੈ ਤੂੰ ਹੁਣ ਸ਼ਾਂਤੀ ਨਾਲ ਬਹਿ ਜਾ ਉਹ ਕਹਿੰਦਾ ਉਹ ਉਪਰ ਨਹੀਂ ਕਹਿਣ ਲੱਗਿਆ ਮੈਂ ਤਾਂ ਬੀਜੇਪੀ ਨਾਲ ਜਾਊਂਗਾ ਸੋ ਇਸ ਗੱਲ 'ਚੋਂ ਅੱਪਾ ਇਹ ਸਮਝੀਏ ਕਿ ਬੀਜੇਪੀ ਨੂੰ ਵੀ ਲੋੜ ਹੈ ਤੇ ਇਕਾਦੀਆਂ ਨੂੰ ਵੀ ਲੋੜ ਹੈ ਪਰ ਮਿਆਂ ਪਬਲਿਕਲੀ ਅਜੇ ਨਾ ਇਕੱਠੇ ਹੋਣ ਅੰਦਰੋਂ ਅੰਦਰੀ ਇੱਕ ਦੂਜੇ ਨੂੰ ਵੋਟ ਪਾਉਣ ਦਾ ਹੋਰ ਦਾ ਇਹ ਕਰ ਸਕਦੇ ਨੇ ਪਰ ਇਹਨਾਂ ਨੇ ਇੱਥੇ ਪੰਜਾਬ ਚ ਕਾਂਗਰਸ ਔਰ ਆਪ ਨੂੰ ਆਪਣਾ ਨੰਬਰ 1 ਮੰਨਿਆ ਹੋਇਆ ਬਰੁੱਧੀ ਫਿਰ ਇਹਦੇ ਵਿੱਚ ਕੈਪਟਨ ਅਮਰਿੰਦਰ ਕਿੱਥੇ ਖੜੇ ਦੇਖਦੇ ਹਾਂ ਜੀ ਕਿਉਂਕਿ ਇੱਕ ਅਨਕੰਡੀਸ਼ਨਲ ਸਪੋਰਟ ਦੇ ਰਹੇ ਨੇ ਜਿੱਦਨ ਦੀ ਉਹਨਾਂ ਨੇ ਆਪਣੇ ਕਾਂਗਰਸ ਛੱਡੀ ਹੈ ਸਭ ਨੂੰ ਪਤਾ ਤੇ ਲੋਕ ਤਾਂ ਦਵੇ ਮੁਹੀ ਗੱਲਾਂ ਕਰ ਰਹੇ ਨੇ ਕਿ ਇਹ ਤਾਂ ਸਿੱਧੇ ਹੀ ਬੀਜੇਪੀ ਦੇ ਹੁਣ ਬਲਾਰੇ ਬਣ ਗਏ ਜੀ ਤੇ ਉਹਨਾਂ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਇਹਦੇ ਨਾਲ ਤਾਂ ਕੈਪਟਨ ਸਾਹਿਬ ਦਾ ਰਾਹ ਵੀ ਪੱਧਰਾ ਹੋ ਗਿਆ ਲੱਗਦਾ ਕਿਤੇ ਨਾ ਕਿਤੇ ਨਹੀਂ ਕੈਪਟਨ ਸਾਹਿਬ ਬਾਰੇ ਉਹਨਾਂ ਨੂੰ ਪਤਾ ਵੀ ਉਹ ਵੋਟ ਕੈਚਰ ਹੈ ਹੀ ਨਹੀਂ ਬੀਜੇਪੀ ਨੇ ਗੱਲ ਪਤਾ ਹੈ ਪਰ ਕੈਪਟਨ ਸਾਹਿਬ ਨੂੰ ਜਿਹੜਾ ਹਮਨ ਹਮਾ ਦਾ ਸ਼੍ਰੀ ਜਿੰਗੇ ਕੋ ਕੋ ਨੂੰ ਸਿੱਖ ਚਲਾ ਚਾਹੀਦਾ ਪੰਜਾਬ ਚ ਹੋਰ ਕੋਈ ਵੱਡੀ ਗੱਲ ਨਹੀਂ ਹੈ ਕੈਪਟਨ ਸਾਹਿਬ ਦੀ ਗੱਲ ਨਾ ਬੀਜੇਪੀ ਨੇ ਮੰਨੀ ਆ ਨਾ ਮੰਨਣੀ ਆ ਮੈਂ ਤੁਹਾਨੂੰ ਹੁਣ ਵੀ ਦੱਸਦਾ ਇਹ ਕੈਪਟਨ ਸਾਹਿਬ ਨੂੰ ਪਰੇਖਿਆ ਹੈ ਕੈਪਟਨ ਸਾਹਿਬ ਜੀ ਹਾਲਾਂਕਿ ਸਿਆਣੇ ਨੇਤਾ ਦੇ ਤੌਰ ਤੇ ਪਰ ਪਿਛਲੇ 4-5 ਸਾਲ ਚ ਉਹਨਾਂ ਦੀ ਸਿਆਸੀ ਸਿਆਣਪ ਜਿਹੜੀ ਹੈ ਸਿਆਸੀ ਸੂਝ ਹੈ ਉਹ ਕੁਐਸਚਨ ਮਾਰਕ ਲੱਗੇ ਨੇ ਉਤੇ ਜਿਵੇਂ ਜਿੱਦ ਉਹਨਾਂ ਨੇ ਰੈਜ਼ੀਗਨੇਸ਼ਨ ਦਿੱਤਾ ਕੋਈ ਬੰਦਾ ਕਦੇ ਕਹਿੰਦਾ ਵੀ ਮੈਂ ਬੇਸ ਹੋ ਕੇ ਨਿਕਲਣਾ ਆਪਦੇ ਘਰ ਚੋਂ ਉਹ ਕਹਿੰਦਾ ਮੇਰੀ ਬੇਸ ਵੀ ਵੜੀ ਹੋਈ ਆ ਸਲਿੱਪ ਟੰਗ ਹੋ ਗਿਆ ਨਹੀਂ ਸਲਿੱਪ ਟੰਗ ਨਹੀਂ ਕਿਹਾ ਬਾਤ ਬਾਤ ਚ ਵੀ ਕਿਹਾ ਡਿੱਕਤ ਜੀ ਠੀਕ ਚ ਗਈ ਹੈ ਤੁਸੀਂ ਇਹ ਕਹਿਣ ਦੀ ਬਜਾਏ ਤੁਸੀਂ ਕਹੋ ਦੇਖੋ ਜੀ ਵਿਧਾਇਕਾਂ ਨੇ ਚੁਣਨਾ ਸੀ ਉਹਨਾਂ ਨੇ ਮੈਨੂੰ ਨੇਤਾ ਚੁਣਿਆ ਸੀ ਤੇ ਹੁਣ ਜੇ ਵਿਧਾਇਕੀ ਮੇਰੇ ਉਲਟ ਹੋ ਕੇ ਚਾਲੀ ਤੇ ਫਿਰ ਮੈਂ ਨੇਤਾ ਤਾਂ ਰਹਿ ਨਹੀਂ ਸਕਦਾ ਇਸ ਕਰਕੇ ਮੈਂ ਛੱਡਦਾ ਇਹ ਗੱਲ ਜਿਆਦਾ ਚੰਗੀ ਹੁੰਦੀ ਹੈ ਮੈਂ ਇਹਦੀ ਇੱਕ ਇਹਨਾਂ ਨੂੰ ਮੈਂ ਸਿਆਨਤ ਦੀ ਗੱਲ ਦੱਸਾਂ ਸਾਡੇ ਇੱਕ ਡਾਇਰੈਕਟਰ ਸੀਗੇ ਅਕਾਲੀ ਸਰਕਾਰ ਬਰਨਾਲਾ ਸਾਹਿਬ ਦੀ ਸਰਕਾਰ ਵੇਲੇ ਉਹ ਸੀਗੇ ਕੁੜਮ ਮੰਤਰੀ ਦੇ ਕਿਹਦੇ ਉਹਨਾਂ ਨੂੰ ਸਰਵਿਸ ਤੇ ਸੇਵਾ ਕਾਲ ਚ ਵਾਧਾ ਦਿੱਤਾ ਹਾਲਾਂਕਿ ਉਹਨਾਂ ਨੂੰ ਪਹਿਲਾਂ ਡਾਇਰੈਕਟਰ ਲਾਇਆ ਨਹੀਂ ਸੀ ਉਹ ਡਾਇਰੈਕਟਰ ਪ੍ਰਮੋਟ ਹੋਣ ਦੇ ਯੋਗ ਸੀਗੇ ਸੀਨੀਅਰ ਸੀਗੇ ਪਰ ਉਹਨਾਂ ਨੂੰ ਡਾਇਰੈਕਟਰ ਦਾ ਚਾਰਜ ਦੇ ਹੀ ਰੱਖਿਆ ਉਹਨਾਂ ਨੂੰ ਡਾਇਰੈਕਟਰ ਬਣਾਇਆ ਨਹੀਂ ਸੀ ਕਦੇ ਸਰਕਾਰ ਨੇ ਫਿਰ ਉਹਨਾਂ ਨੂੰ ਐਕਸੈਂਸ਼ਨ ਦੇ ਦਿੱਤੀ ਵੀ ਚਲ ਤੁਸੀਂ ਡਾਇਰੈਕਟਰ ਦਾ ਕੰਮ ਕਰੋ ਉਹ ਜਦੋਂ ਉਹਨਾਂ ਨੂੰ ਵਾਅਦਾ ਦਿੱਤਾ ਸੇਵਾ ਕਾਲ 'ਚ ਮੈਂ ਜਨਰਲ ਸੈਕਟਰੀ ਸੀ ਆਵਦੀ ਐਸੋਸੀਏਸ਼ਨ ਦਾ ਸੀ ਬਿਆਨ ਦਿੱਤਾ ਵੀ ਇਹ ਬੜੀ ਮਾੜੀ ਗੱਲ ਹੈ ਉਹਨਾਂ ਨੇ ਦੂਜੇ ਨੂੰ ਛੱਡਤਾ ਰਿਜਾਈਨ ਕਰਤਾ ਮੈਂ ਮੈਨੂੰ ਛੌਕ ਲੱਗਿਆ ਕਿਉਂਕਿ ਬੰਦਾ ਇਮਾਨਦਾਰ ਸੀ ਠੀਕ ਹੈ ਬੜਾ ਕਾਨੂੰਨ ਜਾਣਦੇ ਸੀ ਠੀਕ ਹੈ ਤੇ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਜੀ ਕਹਿੰਦੇ ਜੇ ਤੁਸੀਂ ਲੋਗ ਹੀ ਮੇਰੇ ਉਲਟ ਹੋ ਗਏ ਮੈਂ ਡਾਕਟਰਾਂ ਦੇ ਸਹਾਰੇ ਡਾਇਰੈਕਟਰਾਂ ਮੈਂ ਕੋਈ ਸਰਕਾਰਾਂ ਸਾਰੇ ਥੋੜਾ ਡਾਇਰੈਕਟਰ ਜੇ ਮੇਰੇ ਡਾਕਟਰ ਹੀ ਮੈਨੂੰ ਚੰਗਾ ਨਹੀਂ ਸਮਝਦੇ ਫਿਰ ਮੇਰੀ ਰਹਿਣ ਦੀ ਕੀ ਲੋੜ ਹੈ ਇਹ ਕੈਪਟਨ ਸਾਹਿਬ ਇਹ ਗੱਲ ਸਮਝ ਨਹੀਂ ਸਕੇ ਜੇ ਕੈਪਟਨ ਸਾਹਿਬ ਇਹ ਸਮਝ ਲੈਂਦੇ ਮਿਟੀ ਕਰੋਣਾ ਮੈਂ ਛੱਡਤਾ ਜੀ ਵਿਦਾਇਕੀ ਕਹਿੰਦੇ ਨੇ ਮੈਂ ਛੱਡਤਾ ਇਹਨਾਂ ਨੂੰ ਕਿਤਨਾ ਕਿਤੇ ਕੋ ਗਵਰਨਰ ਗਵਰਨਰ ਇਹਨਾਂ ਦੀ ਇਵਨ ਵੀਜੇਪੀ ਚ ਪੁੱਛ ਜਿਆਦਾ ਰਹਿਣੀ ਸੀ ਇਹਨਾਂ ਦੀ ਨੈਸ਼ਨਲ ਤੇ ਜਜ਼ਬਾਨੀ ਸੀ ਇਹ ਪਨੇਖਾ ਇਹਨਾਂ ਨੂੰ ਇਹਨਾਂ ਨੇ ਆਪਣੀ ਇੱਜ਼ਤ ਘਟਾਈ ਆ ਜਿਵੇਂ ਹੁਣ ਮੋਦੀ ਸਾਹਿਬ ਨੇ ਇਹ ਕਹਿ ਕੇ ਵੀ ਸਟੋ ਸਾਡੀ ਗਲਤੀ ਹੋਈ ਆ ਤੇ ਮੈਂ ਇਸ ਵਾਸਤੇ ਅਫਸੋਸ ਜਾਰ ਕਰਦਾ ਇਹ ਮੋਦੀ ਸਾਹਿਬ ਨੇ ਆਪ ਦਾ ਕਦ ਉੱਚਾ ਕਰਿਆ ਇਹ ਕਦ ਨੀਵਾ ਨਹੀਂ ਹੋਇਆ ਕੋਈ ਮੋਦੀ ਸਾਹਿਬ ਥੱਲੇ ਨਹੀਂ ਲੱਗੇ ਕੋਈ ਮੋਦੀ ਸਾਹਿਬ ਨਾਲ ਐ ਨਹੀਂ ਹੋਇਆ ਵੀ ਇਹ ਤਾਂ ਜੀ ਅੱਛਾ ਮੋਦੀ ਐ ਵੀ ਝੁੱਕ ਸਕਦਾ ਇਹ ਉੱਨਤਾ ਕਾਦੂ ਉੱਚਾ ਹੋਏ ਇਸ ਗੱਲ ਨਾਲ ਸੋ ਕਈ ਗੱਲਾਂ ਐਸੀਆਂ ਹੁੰਦੀਆਂ ਨੇ ਜਿੱਥੇ ਤੁਹਾਨੂੰ ਲੱਗਦਾ ਹੈ ਵੀ ਇਹ ਗੱਲ ਕਰਨ ਚ ਭਾਈ ਇੱਜ਼ਤ ਆ ਕੋਈ ਗੱਲ ਨਹੀਂ ਪਿੱਛੇ ਹਟ ਜਾਓ ਪਿੱਛੇ ਹਟਣਾ ਹੋਰ ਕੀ ਹੁੰਦਾ ਪਿੱਛੇ ਹਟਣਾ ਹੋਰ ਕੀ ਹੁੰਦਾ ਸਿਆਣਪ ਪਿੱਛੇ ਛੱਟਦੀ ਹੈ ਸੋ ਮੈਂ ਤਾਂ ਕਹਾਂਗਾ ਮੋਦੀ ਸਾਹਿਬ ਨੇ ਸਿਆਣਪ ਕਰੀ ਹੈ ਅਮਰਿੰਦਰ ਸਿੰਘ ਨੇ ਸਿਆਣਪ ਕਰੀ ਨਹੀਂ ਇਸ ਕਰਕੇ ਉਹ ਬੀਜਪੀ ਨੂੰ ਕਿਉਂ ਉਹ ਠੀਕ ਹੈ ਮਾੜਾ ਮੋਟਾ ਹਲਵਾ ਮੰਦਰ ਪਕਾਈ ਜਾਣਗੇ ਪਰ ਉਹ ਕੈਪਟਨ ਸਾਹਿਬ ਦਾ ਨਹੀਂ ਹੁਣ ਹੈ ਬਹੁਤਾ ਕੁਛ ਰੇ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਵਾਸਤੇ ਸੋ ਇਸਨ ਡਾਕਟਰ ਪੈਰੀਲਲ ਗਰਗ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜੋ ਭਾਜਪਾ ਵੱਲੋਂ ਇਹ ਕਾਨੂੰਨ ਵਾਪਸ ਲਏ ਗਏ ਹਨ ਇਹਨਾਂ ਪਿੱਛੇ ਬਹੁਤ ਸਾਰੀਆਂ ਮਜਬੂਰੀਆਂ ਵੀ ਹੋ ਸਕਦੀਆਂ ਨੇ ਕਿਉਂਕਿ ਜੇ ਸਿਆਣਪ ਦੀ ਗੱਲ ਹੁੰਦੀ ਤਾਂ ਇੱਕ ਸਾਲ ਤੋਂ ਕਿਸਾਨ ਇਸ ਗੱਲ ਵਾਸਤੇ ਜ਼ੋਰ ਲਾ ਰਹੇ ਨੇ ਉਹ ਸਾਹਮਣੇ ਨਹੀਂ ਆ ਸਕੀ ਹੈ ਸੋ ਅਸੀਂ ਇਹਨੂੰ ਮਜਬੂਰੀ ਹੀ ਕਰਾਂਗੇ ਜਾਂ ਫਿਰ ਕੋਈ ਅਨਰੁਣੀ ਦਵਾ ਦੀ ਗੱਲ ਕਹਾਂਗੇ ਫਿਲਹਾਲ ਗੱਲ ਅਜੇ ਸਿਰਫ ਐਲਾਨ ਤੱਕ ਹੀ ਸੀਮਤ ਹੈ ਅੱਗੇ ਜੋ ਵਿੰਟਰ ਸੈਸ਼ਨ ਆ ਰਿਹਾ ਹੈ ਉਹਦੇ ਵਿੱਚ ਜੋ ਇਹਦਾ ਪ੍ਰੋਸੀਜਰ ਹੈਗਾ ਉਹ ਫੋਲੋ ਕੀਤਾ ਜਾਵੇਗਾ ਉਸ ਤੋਂ ਬਾਅਦ ਰਾਸ਼ਟਰਪਤੀ ਕੋਲ ਵੀ ਇਹ ਫਾਈਲ ਜਾਵੇਗੀ ਸੋ ਇੱਕ ਲੰਬਾ ਪੈਂਡਾ ਹੈਗਾ ਜਿਹਦੇ ਉੱਤੇ ਕਿਸਾਨ ਜੋ ਲੀਡਰ ਹੈਗੇ ਉਹਨਾਂ ਦੇ ਬਿਆਨ ਵੀ ਆ ਰਹੇ ਨੇ ਕਿ ਅਸੀਂ ਇੰਨੀ ਖੁਸ਼ੀ ਸਿਰਫ ਬਿਆਨ ਨਾਲ ਨਹੀਂ ਮਨਾ ਸਕਦੇ ਪ੍ਰੋਸੀਜਰ ਜਿਹੜਾ ਹੈ ਉਹ ਫੋਲੋ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਹੀ ਇਹ ਕਾਨੂੰਨ ਵਾਪਸ ਹੋਣਗੇ ਤਾਂ ਉਸ ਤੋਂ ਬਾਅਦ ਹੀ ਜੋ ਦਿੱਲੀ ਦੀ ਬਰੂਹਾ ਤੇ ਕਿਸਾਨ ਬੈਠੇ ਨੇ ਉੱਥੋਂ ਉਹ ਟੈਂਟ ਆਪਣੇ ਵਾਪਸ ਛੱਡ ਕੇ ਆਪਣੇ ਘਰਾਂ ਨੂੰ ਆਉਣਗੇ ਦੇਖਦੇ ਹਾਂ ਬਾਕੀ ਸਮੇਂ ਦੇ ਉੱਤੇ ਗੱਲ ਹੈ ਕਿ ਆਉਣ ਵਾਲੇ ਸੈਸ਼ਨ ਦੇ ਵਿੱਚ ਮੋਦੀ ਸਰਕਾਰ ਵੱਲੋਂ ਕੀ ਕੁਝ ਕੀਤਾ ਔਰ ਕਿਹਾ ਜਾਂਦਾ ਹੈ ਕੈਮਰਾਮੈਨ ਦਵਿੰਦਰ ਦੇ ਨਾਲ ਸੁਸ਼ੀਲ ਗਰਚਾ ਦਿਨਿਕ ਸਵੇਰਾ ਚੰਡੀਗੜ੍ਹ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਹੀ ਕੌਣ ਹੈ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦਿਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੋਤਨ ਦੁਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ਿਕਰਣ ਇੱਕ ਸੱਚਾਈ ਹੈ ਵਸ਼ਿਕਰਣ ਕਰਵਾਓ ਮਨ ਚਾਹ ਪਿਆਰ ਪ ਪ੍ਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜੇ ਕਹਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ ਇੱਕ ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁੱਠ ਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰੋਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਪਨ ਜਾਂ ਦੁਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੜਵਾਓ ਰੁਸੇ ਨੂੰ ਮਣਾਓ ਹੁਣੇ ਕਾਲ ਕਰੋ ਬਾਬਾ सलीम ਖਾਨ 9819937460